ਸਾਰਿਆਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਤੁਸੀਂ ਸਾਡੇ ਚੈਨਲ ਤੋਂ ਬਹੁਤ ਸਾਰੇ ਅਦਾਕਾਰਾਂ ਦੇ ਨਾਲ, ਕਲਾਕਾਰਾਂ ਦੇ ਨਾਲ, ਨਿਰਦੇਸ਼ਕਾਂ ਦੇ ਨਾਲ ਰੂਬਰੂ ਹੁੰਦੇ ਹੋ, ਤਿਵੇਂ ਹੀ ਇਸੇ ਲੜੀ ਵਿੱਚ ਇਜ਼ਾਫਾ ਕਰਦੇ ਹਾਂ। ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਚਰਿੱਤਰ ਅਦਾਕਾਰ ਗੁਰਮੀਤ ਸਾਜਨ ਜੀ ਦੇ ਨਾਲ। ਗੁਰਮੀਤ ਸਾਜਨ ਚਰਿੱਤਰ ਅਦਾਕਾਰੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ, ਨਾਟਕਾਂ ਅਤੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਹ ਅੱਜ ਸਾਡੇ ਨਾਲ ਨੇ ਅਤੇ ਮਿਲਦੇ ਹਾਂ ਜੀ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇਸ ਜਿਹੜਾ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੋਟਨ ਕੋਟ ਧੰਨਵਾਦ, ਔਰ ਖੁਸ਼ਮਿੰਦਰ ਜੀ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਅੱਜ ਅਸੀਂ ਬਕਾਇਦਾ ਸ਼ੂਟਿੰਗ 'ਤੇ ਆਏ ਹੋਏ ਸੀ, ਔਰ ਜਿਹੜਾ ਇਹਨਾਂ ਨੇ ਇਸ ਇੰਟਰਵਿਊ ਨੂੰ ਕੀਤਾ ਤਾਂ ਮੈਂ ਧੰਨਵਾਦ ਕਰਦਾ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਸਰ। ਮੈਂ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹਾਂਗੀ ਕਿ ਤੁਸੀਂ ਥੀਏਟਰ ਆਰਟਿਸਟ ਤੋਂ ਫਿਲਮ ਇੰਡਸਟਰੀ ਵੱਲ ਕਿੱਦਾਂ ਆਏ। ਥੀਏਟਰ ਤੋਂ ਫਿਲਮਾਂ ਵੱਲ ਦਾ ਜਿਹੜਾ ਸਫ਼ਰ ਹੈ ਜੀ, ਕਿ ਥੀਏਟਰ ਤਾਂ ਕਰਦੇ ਸੀ ਪਰ ਥੀਏਟਰ ਦੇ ਨਾਲ ਨਾਲ ਗਾਇਕੀ ਵੀ ਚੱਲਦੀ ਰਹੀ ਹੈ। ਅੱਛਾ ਜੀ। ਹਾਂਜੀ, ਤਾਂ ਮੈਨੂੰ ਪਹਿਲਾਂ ਜਿਹੜਾ ਗਾਉਣ ਦਾ ਬਹੁਤ ਜ਼ਿਆਦਾ ਸ਼ੌਕ ਸੀ, ਔਰ ਮੈਂ ਬਕਾਇਦਾ ਜਿਹੜੀ ਹੈ ਗਾਇਕੀ ਸਿੱਖੀ ਹੈ, ਰਾਗ ਵਿੱਦਿਆ ਸਿੱਖੀ ਹੈ, ਤਾਂ ਉਸ ਤੋਂ ਬਾਅਦ ਨਾਲ ਨਾਲ ਸਾਡੇ ਨਾਟਕ ਚੱਲਦੇ ਸੀ। ਤਾਂ ਨਾਟਕ ਜਿਹੜਾ ਸੀ ਮੈਂ ਸੁਦਰਸ਼ਨ ਮੈਣੀ ਜੀ ਨਾਲ ਜਿਹੜਾ ਸ਼ੁਰੂ ਕੀਤੇ ਸੀ, ਔਰ ਉੱਥੋਂ ਜਿਹੜਾ ਸਾਡਾ ਐਕਟਿੰਗ ਵਾਲਾ ਜਿਹੜਾ ਉਹ ਸਿਲਸਿਲਾ ਸ਼ੁਰੂ ਹੋਇਆ, ਕਿਉਂਕਿ ਜਿਹੜਾ ਇੱਕ ਸਿੰਗਰ ਹੈ ਉਹਨੂੰ ਐਕਟਿੰਗ ਦੀ ਕਾਫ਼ੀ ਹੱਦ ਤੱਕ ਨੌਲੇਜ ਤਾਂ ਹੁੰਦੀ ਹੈ ਕਿ ਜਿਹੜਾ ਬੰਦਾ ਕੋਈ ਫੀਲਿੰਗ ਨਾਲ ਜਾਂਦਾ, ਜਿਸ ਫੀਲਿੰਗ ਦੇ ਨਾਲ ਗਾਉਂਦਾ ਉਸੇ ਫੀਲਿੰਗ ਦੇ ਨਾਲ ਥੋੜ੍ਹੀ ਜਿਹੀ ਐਕਟਿੰਗ ਵੀ ਨਾਲ ਉਹ ਬੰਦਾ ਕਰਦਾ ਗਾਉਂਦਾ ਗਾਉਂਦਾ। ਸੋ ਇਹ ਜਿਹੜਾ ਇੱਕ ਸਿੱਕੇ ਦੇ ਦੋ ਪਾਸੇ ਹੀ ਹੈ। ਸੋ ਜਿਹੜਾ ਨਾਲ ਨਾਲ ਥੀਏਟਰ ਚੱਲਦਾ ਸੀ, ਨਾਲ ਨਾਲ ਜਿਹੜੀ ਉਹ ਗਾਇਕੀ ਵੀ ਚੱਲਦੀ ਸੀ। ਸੋ ਬਸ ਇਹ ਸਿਲਸਿਲਾ ਉੱਥੋਂ ਜਿਹੜਾ ਸਾਡਾ ਸ਼ੁਰੂ ਹੁੰਦਾ ਗਿਆ, ਔਰ ਮੇਰੀ ਜਿਹੜੀ ਫਸਟ ਫਿਲਮ ਅਚਾਨਕ ਹੀ ਉਹ ਬਣ ਗਿਆ ਬਸ ਸਾਡਾ ਫਿਲਮ ਦੇ ਵਿੱਚ ਜਿਹੜਾ ਜਾਣਾ, ਔਰ ਉਹ ਫਿਲਮ ਸੀ ਉਡੀਕਾਂ ਸਾਉਣ ਦੀਆਂ, ਬਲਕਰਨ ਵੜਿੰਗ ਨੇ ਉਹ ਫਿਲਮ ਬਣਾਈ ਸੀ। ਉਹ ਸੀ ਸ਼ਾਇਦ ਉਦੋਂ 1985। ਅੱਛਾ। ਹਾਂਜੀ, ਤਾਂ ਉਦੋਂ ਉਹ ਫਿਲਮ ਜਿਹੜੀ ਬਣੀ ਸੀ, ਔਰ ਉਸ ਤੋਂ ਬਾਅਦ ਉਹਦੇ ਸੁਰਿੰਦਰ ਸਿੰਘ ਡਾਇਰੈਕਟਰ ਸੀ ਜਿਨ੍ਹਾਂ ਨੇ ਮੜੀ ਦਾ ਦੀਵਾ ਬਣਾਈ ਸੀ। ਸੋ ਉਦੋਂ ਸਾਨੂੰ ਜਿਹੜਾ ਫਿਲਮ ਬਾਰੇ, ਕੈਮਰੇ ਬਾਰੇ ਕੋਈ ਲੱਲਾ ਖੱਖਾ ਕੁਛ ਨਹੀਂ ਸੀ ਪਤਾ ਹੁੰਦਾ ਵੀ ਕੀ ਆ, ਜਿਵੇਂ ਡਾਇਰੈਕਟਰ ਸਾਹਿਬ ਨੇ ਕਹਿ ਤਾ ਹੋਏ ਇੱਧਰ ਚੱਕ ਕੇ, ਉਹ ਇੰਨਾ ਚਿਰ ਅਸੀਂ ਉੱਧਰ ਚੱਕ ਹੀ ਜਾਣਾ। ਔਰ ਉਸ ਵਕਤ ਦੇ ਜਿਹੜੇ ਮੇਰੇ ਨਾਲ ਜਿਹੜੇ ਸੀ, ਮੈਂ ਹੋ ਗਿਆ ਪ੍ਰਕਾਸ਼ ਗਾਧੂ, ਰਾਈਟ, ਔਰ ਗੁਰਚਰਨ ਵਿਰਕ ਜੋ ਅੱਜ ਮੇਰੇ ਦੋਸਤ ਸੀ ਸਾਡੇ ਬਹੁਤ, ਇਸ ਦੁਨੀਆਂ 'ਤੇ ਨਹੀਂ ਆ ਉਹ, ਔਰ ਦਿਲਸ਼ਾਦ ਅਖਤਰ, ਹੈ ਨਾ ਜੀ। ਸੋ ਇਹ ਉਦੋਂ ਸਾਰੇ ਅਸੀਂ ਜਿਹੜਾ ਜੁੰਡਲੀ ਸਾਰੀ ਸਾਡੀ ਇਕੱਠੀ ਉੱਥੋਂ ਸ਼ੁਰੂ ਕੀਤਾ ਅਸੀਂ। ਸੋ ਪ੍ਰਕਾਸ਼ ਗਾਧੂ ਦੀ ਜਿਵੇਂ ਉਹ ਫਸਟ ਫਿਲਮ ਸੀ, ਗੁਰਚਰਨ ਵਿਰਕ ਦੀ ਵੀ ਉਹ ਫਸਟ ਫਿਲਮ ਸੀ, ਕਿਉਂਕਿ ਉਹਨਾਂ ਨਾਲ ਥੀਏਟਰ ਕਰਦੇ ਸੀ, ਥੀਏਟਰ ਚੱਲਦਾ ਸੀ। ਸੋ ਇਹ ਸਿਲਸਿਲਾ ਜਿਹੜਾ ਫਿਰ ਉਸ ਫਿਲਮ ਤੋਂ ਜਦੋਂ ਸ਼ੁਰੂ ਹੋਇਆ ਤਾਂ ਫਿਰ ਇਹ ਚੇਟਕ ਜੀ ਵੀ ਲੱਗ ਗਈ, ਤਾਂ ਥੋੜ੍ਹਾ ਥੋੜ੍ਹਾ ਫਿਲਮ ਨੂੰ ਦੇਖਣ ਤੋਂ ਬਾਅਦ ਵੀ ਪਤਾ ਲੱਗਿਆ ਵੀ ਅੱਛਾ ਜਿਹੜਾ ਉਹ ਸਾਨੂੰ ਝਾਕਣ ਨੂੰ ਇੱਧਰ ਇੱਧਰ ਕਹਿੰਦੇ ਸੀ, ਫਿਰ ਆਏ ਕਹਿੰਦੇ ਸੀ, ਇਹਦਾ ਮਤਲਬ ਕੀ ਸੀ, ਹੈ ਨਾ। ਫਿਰ ਉਹ ਹੌਲੀ ਹੌਲੀ ਥੋੜ੍ਹਾ ਜਿਹਾ ਸਾਨੂੰ ਪਤਾ ਲੱਗਿਆ। ਆਪਣਾ ਆਪਦਾ ਥੀਏਟਰ ਹੈ ਜੀ, ਪੰਜਾਬੀ ਸੱਭਿਆਚਾਰਕ ਕਲਾ ਮੰਚ, ਔਰ ਇਹ ਬਕਾਇਦਾ ਸੈਂਟਰਲ ਗਵਰਨਮੈਂਟ ਤੋਂ ਅਪਰੂਵਡ ਹੈ। ਹਾਂਜੀ, ਸੌਂਗ ਐਂਡ ਡਰਾਮਾ ਡਿਵੀਜ਼ਨ, ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ। ਸੋ ਉੱਥੋਂ ਮਤਲਬ ਇਹ ਕਹਿ ਸਕਦੇ ਹਾਂ ਕਿ ਮੈਂ ਜਿਹੜੇ ਜ਼ਿਆਦਾ ਪ੍ਰੋਗਰਾਮ ਹੈ ਉਹ ਗੌਰਮੈਂਟ ਦੇ ਸ਼ੋਅ ਹੀ ਕਰਦੇ ਹਾਂ, ਜੋ ਮਤਲਬ ਗੌਰਮੈਂਟ ਦਾ ਜੋ ਮੈਸੇਜ ਹੈ, ਜੋ ਸੁਨੇਹਾ, ਉਹ ਅਸੀਂ ਲੋਕਾਂ ਤੱਕ ਨਾਟਕਾਂ ਰਾਹੀਂ ਪਹੁੰਚਾਉਂਦੀ ਹੈ ਸਾਡੀ ਟੀਮ। ਸੋ ਅਸੀਂ ਇਹ ਜਿਹੜਾ ਨਾਟਕਾਂ ਦਾ ਸਿਲਸਿਲਾ, ਇਹ ਥੀਏਟਰ ਦਾ ਸਿਲਸਿਲਾ ਸਾਡਾ ਲਗਾਤਾਰ ਜਾਰੀ ਹੈ, ਔਰ ਥੀਏਟਰ ਨਾਲ ਤਾਂ ਜਿਹੜਾ ਸਾਡਾ ਪਿਆਰ ਹੈ ਉਹ ਬਣਿਆ ਰਹੇਗਾ, ਕਿਉਂਕਿ ਥੀਏਟਰ ਦੇ ਵਿੱਚ ਜਿਹੜਾ ਜਾ ਕੇ ਥੋੜ੍ਹੀ ਤਸੱਲੀ ਹੁੰਦੀ ਹੈ। ਦੇਖੋ, ਥੀਏਟਰ ਜਿਹੜਾ ਆਪਾਂ ਕਰਦੇ ਹਾਂ ਨਾ, ਮੈਂ ਤੁਹਾਨੂੰ ਪਹਿਲੇ ਦੱਸ ਕੇ ਹਟਾਂ ਕਿ ਉਹਦੇ ਵਿੱਚ ਕਲਾਕਾਰ ਦੀ ਸੰਤੁਸ਼ਟੀ ਹੁੰਦੀ ਹੈ।
ਕੰਮ ਕਰਕੇ ਸੰਤੁਸ਼ਟੀ ਹੁੰਦੀ ਹੈ ਕਿ ਕਰੈਕਟਰ ਨੂੰ ਜਦੋਂ ਤੁਸੀਂ ਸ਼ੁਰੂ ਕਰਤਾ ਤੇ ਫਿਰ ਐਂਡ ਤੋਂ ਜਦੋਂ ਉਸ ਤੋਂ ਬਾਅਦ ਪਰਦਾ ਗਿਰਦਾ ਹੈ ਬਸ ਉਹਦਾ ਉਦੋਂ ਤੱਕ ਹੀ ਹੈ, ਮਤਲਬ ਸਾਰਾ ਕੰਟੀਨਿਊ ਤੁਸੀਂ ਉਹਦੇ ਵਿੱਚ ਚੱਲਣਾ। ਜਦਕਿ ਫਿਲਮ ਦਾ ਇਹ ਹੈ ਕਿ ਫਿਲਮ ਦਾ ਤੁਸੀਂ ਥੋੜ੍ਹਾ ਜਿਹਾ ਕਰ ਲਿਆ ਵੀ ਆਪਾਂ ਕਹਿੰਦੇ ਹਾਂ ਬਈ ਕੀ ਹਾਲ ਹੈ ਤੇਰਾ, ਠੀਕ ਹੈ, ਤੂੰ ਆਇਆ ਹੀ ਨਹੀਂ ਯਾਰ, ਇੰਨਾ ਘੱਟ ਹੁਣ ਵੀ ਤੁਸੀਂ ਆਹ ਦੋ ਮਿੰਟ ਆਰਾਮ ਕਰੋ, ਚਾਹ ਚੂ ਪੀਓ, ਅਸੀਂ ਥੋੜ੍ਹਾ ਜਿਹਾ ਉਹਨਾਂ ਦਾ ਡਾਇਲੋਗ ਲੈ ਲਈਏ। ਸੋ ਇਹ ਜਿਹੜਾ ਕੱਟ ਕੱਟ ਕਰਕੇ ਉਹ ਮੂਡ ਹੈ ਜਿਹੜਾ ਤੁਹਾਨੂੰ ਬਣਾ ਕੇ ਰੱਖਣਾ ਪੈਂਦਾ, ਇਹ ਥੋੜ੍ਹਾ ਜਿਹਾ ਇਹਦਾ ਪ੍ਰੋਸੀਜਰ ਹੋਰ ਹੈ ਜਿਹੜਾ ਥੀਏਟਰ ਦਾ, ਉਹ ਕੰਟੀਨਿਊ ਚੱਲਦਾ ਹੈ ਨਾ, ਉਹ ਆਪਾਂ ਇੱਕ ਵਾਰੀ ਸ਼ੁਰੂ ਕੀਤਾ ਤੇ ਫਿਰ ਐਂਡ ਤੱਕ ਉਹਦਾ ਜਿਹੜਾ ਉਹ ਚੱਲੀ ਜਾਣਾ ਹੁੰਦਾ। ਫਿਲਮ ਦਾ ਥੋੜ੍ਹਾ ਜਿਹਾ ਹੋਰ ਹੈਗਾ ਤੰਗ, ਇੱਥੇ ਤਾਂ ਆਪਣੇ ਆਪ ਨੂੰ ਜਦੋਂ ਤੁਸੀਂ ਹੌਲੀ ਹੌਲੀ ਇਹਦੇ ਵਿੱਚ ਵਿਚਰਦੇ ਹੋ ਕੰਮ ਕਰਦੇ ਹੋ ਤਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗਦਾ ਕਿ ਨਹੀਂ ਮੂਡ ਨੂੰ ਬਣਾ ਕੇ ਕਿਸ ਤਰ੍ਹਾਂ ਰੱਖਣਾ ਹੈ ਨਾ। ਜਿਵੇਂ ਜਿਵੇਂ ਤੁਹਾਨੂੰ ਟੈਕਨੀਕਲ ਨੌਲੇਜ ਆਉਂਦੀ ਹੈ ਤਾਂ ਫਿਰ ਤੁਹਾਨੂੰ ਜ਼ਿਆਦਾ ਪਤਾ ਲੱਗਦਾ। ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਆਏ 1985 ਤੋਂ ਤੁਸੀਂ ਦੱਸਿਆ ਕਿ ਉਡੀਕਾਂ ਸੌਣ ਦੀਆਂ ਫਿਲਮ ਦੇ ਵਿੱਚ ਮੈਂ ਆਇਆ, ਉਸ ਤੋਂ ਪਹਿਲਾਂ ਤੁਹਾਨੂੰ ਡਰਾਮਾਸ ਦੇ ਵਿੱਚ ਤੁਸੀਂ ਕੰਮ ਕਰਦੇ ਰਹੇ ਹੋ ਜਾਂ ਸਿੱਧਾ ਹੀ ਫਿਲਮਾਂ ਦੇ ਵਿੱਚ ਆਏ? ਨਹੀਂ ਨਹੀਂ, ਮੈਂ ਉਸ ਤੋਂ ਪਹਿਲਾਂ ਥੀਏਟਰ ਮਤਲਬ ਸਿੰਗਿੰਗ ਤੇ ਥੀਏਟਰ ਤਾਂ ਜੁੜੇ ਤਾਂ ਕਲਾ ਦੇ ਨਾਲ ਹੀ ਸੀ। ਸੋ ਇਹ ਇੱਕ ਸਬੱਬ ਬਣ ਗਿਆ ਜਿਹੜਾ ਉਡੀਕਾਂ ਸੌਣ ਦੀਆਂ, ਔਰ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਵੀ ਉਹ ਸਾਨੂੰ ਉਡੀਕਾਂ ਸੌਣ ਦੀਆਂ ਦੀ ਜਿਹੜੀ ਸਾਨੂੰ ਚੇਤਕ ਲੱਗੀ ਤਾਂ ਅੱਜ ਦੇ ਜਿਹੜੇ ਸਾਡੇ ਮਸ਼ਹੂਰ ਸਟਾਰ ਗਾਇਕ ਨੇ ਜਿਵੇਂ ਨਿਰਮਲ ਸਿੱਧੂ, ਕੁਲਵਿੰਦਰ ਕੰਵਲ, ਮਨਜੀਤ ਸੁਖਣ ਵਾਲੀਆ ਹੈ ਨਾ ਜੀ, ਤਾਂ ਇਹ ਫਿਰ ਅਸੀਂ ਉਦੋਂ ਰਲ ਕੇ ਇੱਕ ਫਿਲਮ ਬਣਾਈ ਸੀ ਜਿਹੜੇ ਵਿਆਹ ਵਾਲੇ ਕੈਮਰੇ ਹੁੰਦੇ ਆ ਕੈਦਾਂ ਉਮਰਾਂ ਦੀਆਂ। ਸੋ ਉਹ ਕੈਦਾਂ ਉਮਰਾਂ ਦੀਆਂ ਅਸੀਂ ਜਿਹੜੀ ਜਿੰਨੀ ਕੁ ਸਾਨੂੰ ਲਿਖਣ ਦੀ ਨੌਲੇਜ ਸੀ ਅਸੀਂ ਆਪਦੇ ਡਾਇਲੋਗ ਵੀ ਲਿਖੇ, ਕਹਾਣੀ ਵੀ ਲਿਖੀ ਹੈ ਜੀ, ਫਿਰ ਅਸੀਂ ਉਹ ਫਿਲਮ ਵੀ ਬਣਾਈ ਤੇ ਉਹ ਫਿਲਮ ਅਸੀਂ ਜਿਹੜੀ ਮਤਲਬ ਰਿਲੀਜ਼ ਵੀ ਕੀਤੀ ਉਦੋਂ ਉਹ ਦੂਸਰੀਆਂ VCR ਵਾਲੀਆਂ ਕੈਸੇਟਸ ਹੁੰਦੀਆਂ ਸੀ, ਔਰ ਉਹਨੂੰ ਅਸੀਂ ਜਦੋਂ ਐਡੀਟਿੰਗ ਕਰਵਾਉਣ ਲੱਗੇ ਤਾਂ ਐਡੀਟਿੰਗ ਕਹਿੰਦੇ ਜੀ ਐਡੀਟਿੰਗ ਤਾਂ ਦਿੱਲੀਓ ਹੋਊਗੀ, ਇਹਦੀ ਇੱਥੋਂ ਤਾਂ ਹੋਣੀ ਨਹੀਂ, ਤੁਸੀਂ ਜਿਹੜੀ ਫਿਲਮ ਬਣਾ ਲਈ 3 ਘੰਟੇ ਦੀ। ਅਸੀਂ ਬੜੇ ਪਰੇਸ਼ਾਨ ਵੀ ਪੈਸੇ ਤਾਂ ਹੈ ਨਹੀਂ ਕਿੱਥੋਂ ਕਰਵਾਈਏ, ਫਿਰ ਅਸੀਂ ਇੱਧਰੋਂ ਉੱਧਰੋਂ VCR ਵਗੈਰਾ ਕਰਕੇ ਅਸੀਂ ਐਡੀਟਿੰਗ ਵੀ ਆਪ ਖੁਦ ਹੀ ਕੀਤੀ, ਉਹਦਾ ਮਿਊਜ਼ਿਕ ਵੀ ਆਪ ਹੀ ਕੀਤਾ ਹੈ ਜੀ, ਫਿਰ ਡਬਿੰਗ ਉਹਦੀ ਕੀਤੀ। ਸੋ ਸਾਰਾ ਕੰਮ ਅਸੀਂ ਕੀਤਾ ਬਿਨਾਂ ਕਿਸੇ ਟ੍ਰੇਨਿੰਗ ਤੋਂ, ਬਿਨਾਂ ਕਿਸੇ ਗੱਲ ਤੋਂ ਅਸੀਂ ਉਹ ਜਿਹੜਾ ਕੰਟੀਨਿਊ ਜਦੋਂ ਕੰਮ ਕੀਤਾ, ਔਰ ਉਹਦੇ ਵਿੱਚ ਆਪਾਂ ਕਈ ਵਾਰ ਐਸਾ ਕੰਮ ਕਰ ਲੈਣਾ ਕਿ ਯਾਰ ਉਹ ਕੰਮ ਤਾਂ ਅਸੀਂ ਐਵੇਂ ਕੀਤਾ ਯਾਰ ਐਵੇਂ ਗਿਆ, ਨਹੀਂ, ਲਾਈਫ ਦੇ ਵਿੱਚ ਅਸੀਂ ਜਿਹੜਾ ਵੀ ਕੋਈ ਕੰਮ ਕਰਦੇ ਹਾਂ ਤਾਂ ਅਣਜਾਣੇ ਦੇ ਵਿੱਚ ਜਿਹੜੀਆਂ ਖਿੜਕੀਆਂ ਅਸੀਂ ਜਿਹੜੀਆਂ ਖੁੱਲ੍ਹੀਆਂ ਛੱਡ ਦਿੰਦੇ ਹਾਂ ਨਾ, ਤਾਂ ਕਈ ਵਾਰੀ ਜਿਹੜੀ ਰੋਸ਼ਨੀ ਹੈ ਉਹਨਾਂ ਦੇ ਰਾਹੀਂ ਹੀ ਆਇਆ ਕਰਦੀ ਹੈ। ਸੋ ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੋਈ ਕਿ ਜਿਹੜਾ ਅਸੀਂ ਕੈਦਾਂ ਉਮਰਾਂ ਦੀ ਜਿਹੜੀ ਫਿਲਮ ਬਣਾਈ ਤੇ ਪਿੰਡ ਦੇ ਵਿੱਚ ਖੜ ਕੇ ਜਿਹੜੇ ਅਸੀਂ ਡਾਇਲੋਗ ਬੋਲ ਰਹੇ ਹਾਂ, ਓਏ ਤੇਰਾ ਉਹ ਕਰ ਦਿਆਂਗੇ ਆਹ ਕਰ ਦਿਆਂਗੇ, ਉਦੋਂ ਐਸਾ ਇਸ ਤਰ੍ਹਾਂ ਦਾ ਹੁੰਦਾ ਸੀ ਡਾਇਲੋਗ ਬੋਲਣ ਦਾ, ਤਾਂ ਉਹ ਜਿਹੜਾ ਝਿਜਕਪਣ ਸੀ ਨਾ ਜਿਹੜਾ ਅੰਦਰਲਾ ਉਹ ਖਤਮ ਹੋ ਗਿਆ ਹੈ ਨਾ, ਤਾਂ ਉਹ ਜਿਹੜਾ ਕਲਾਕਾਰ ਸੀ ਉਹ ਹੋਰ ਜ਼ਿਆਦਾ ਨਿਖਰਿਆ ਬਾਹਰ ਆਇਆ ਸਾਡਾ। ਤਾਂ ਸਭ ਤੋਂ ਵੱਡੀ ਹੁੰਦੀ ਹੈ ਕਿ ਜਿਹੜਾ ਕਲਾਕਾਰ ਨੂੰ ਝਿਜਕ ਹੈ ਉਹ ਕਲਾਕਾਰ ਜਿਹੜੀ ਉਹਦੀ ਕਲਾ ਹੈ ਜਿਹੜਾ ਉਹਦਾ ਅੰਦਰਲਾ ਕਲਾਕਾਰ ਹੈ ਉਹਨੂੰ ਬਾਹਰ ਨਹੀਂ ਆਉਣ ਦਿੰਦਾ। ਸੋ ਅਸੀਂ ਪਿੰਡ ਦੇ ਵਿਚਾਲੇ ਖੜ ਕੇ ਬੋਲਣੇ ਡਾਇਲੋਗ ਜਦੋਂ, ਤੇ ਉਹ ਉਹ ਜਿਹੜੀ ਚੀਜ਼ ਸੀ ਉਹ ਉਹ ਚੀਜ਼ ਦੀ ਇੱਕ ਮੈਨੂੰ ਬਹੁਤ ਵੱਡੀ ਦੇਣ ਹੈ ਮੈਂ ਇਹ ਕਹਿ ਸਕਦਾ। ਫਿਰ ਉਸ ਤੋਂ ਬਾਅਦ ਤਾਂ ਫਿਰ ਸਾਡਾ ਥੀਏਟਰ ਵੀ ਚਲੋ ਨਾਲ ਦੀ ਨਾਲ ਸਾਡਾ ਜਿਹੜਾ ਉਹ ਚੱਲਦਾ ਰਿਹਾ, ਤੇ ਉਸ ਤੋਂ ਬਾਅਦ ਫਿਰ ਜਿਹੜਾ ਲਿਸ਼ਕਾਰਾ ਅਲਫਾ ਚੈਨਲ ਜਦੋਂ ਚੱਲੇ ਚੰਡੀਗੜ੍ਹ ਤਾਂ ਮੈਂ ਚੰਡੀਗੜ੍ਹ ਹੀ ਸ਼ਿਫਟ ਹੋ ਗਿਆ। ਤਾਂ ਫਿਰ ਇੱਥੇ ਜਿਹੜੇ ਮੈਨੂੰ ਮੈਂ ਅਸਲ 'ਚ ਚੰਡੀਗੜ੍ਹ ਮੈਂ ਬਣਨ ਤਾਂ ਗਾਇਕ ਆਇਆ ਸੀ ਕਿ ਇੱਥੇ ਕੰਪਨੀਆਂ ਅੱਛੀਆਂ ਯਾਰ ਮੈਨੂੰ ਕੋਈ ਗਾਣਾ ਗੁਣਾ ਕਰਾਂਗੇ ਵੀਡੀਓ ਬਣਾਵਾਂਗੇ ਹੈ ਨਾ, ਤਾਂ ਉਹ ਗਾਣੇ ਸਿੰਗਿੰਗ ਸੁੰਗਿੰਗ ਤਾਂ ਮੇਰੀ ਇੱਕ ਪਾਸੇ ਹੀ ਰਹਿ ਗਈ। ਸੋ ਮੇਰਾ ਮੇਰੀ ਜਿਹੜੀ ਆਊਟਲੁੱਕ ਪਰਸਨੈਲਿਟੀ ਜਿਸ ਤਰ੍ਹਾਂ ਦੀ ਸੀਗੀ ਤਾਂ ਥੋੜ੍ਹਾ ਜਿਹਾ ਉਦੋਂ ਵਿਲਨ ਟਰੈਕ ਜੇ ਜ਼ਿਆਦਾ ਚੱਲਦੇ ਹੁੰਦੇ ਸੀ ਉਹ ਮੈਨੂੰ ਸੀਰੀਅਲ ਦੇ ਵਿੱਚ ਲੈ ਲਿਆ ਉਹਨਾਂ ਨੇ, ਸੋ ਉਹ ਉਹ ਮੇਰਾ ਉਹ ਜ਼ਿਆਦਾ ਚੱਲ ਪਿਆ ਕੰਮ, ਐਕਟਿੰਗ ਦਾ ਜ਼ਿਆਦਾ ਚੱਲ ਪਿਆ। ਸੋ ਉਦੋਂ ਦਾ ਇਹ ਜਿਹੜਾ ਸਿਲਸਿਲਾ ਚੱਲਿਆ ਗਾਇਕੀ ਮੇਰੀ ਪਿੱਛੇ ਰਹਿ ਗਈ, ਐਕਟਿੰਗ ਵਾਲਾ ਜਿਹੜਾ ਕੰਮ ਹੈ ਇਹ ਮੈਂ ਅੱਗੇ ਮੇਰਾ ਆ ਗਿਆ ਇਸ ਤਰ੍ਹਾਂ। ਜਿੱਦਾਂ 1985 ਤੋਂ ਉਡੀਕਾਂ ਸੌਣ ਦੀਆਂ ਤੋਂ ਫਿਲਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਜਾਂ ਜਿੱਦਾਂ ਅੱਜ ਤਾਂ ਪੰਜਾਬੀ ਸਿਨੇਮਾ ਕਾਫੀ ਤਰੱਕੀ ਤੇ ਹੈ, ਪ੍ਰੋਡਕਸ਼ਨ ਦੇ ਬਿਹਾਫ ਤੇ ਕਾਫੀ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ, ਉਦੋਂ ਤਾਂ ਕਾਫੀ ਦੌਰ ਵੀ ਇਸ ਤਰ੍ਹਾਂ ਦਾ ਸੀ, ਫਿਲਮਾਂ ਬਣਾਉਣ ਦੀ ਹਿੰਮਤ ਵੀ ਪੰਜਾਬੀ ਜਿਹੜੇ ਡਾਇਰੈਕਟਰ ਨੇ ਉਹ ਘੱਟ ਹੀ ਕਰਿਆ ਕਰਦੇ ਸੀ, ਉਸ ਵੇਲੇ ਤੁਹਾਨੂੰ ਫਿਲਮਾਂ ਦੀ ਕੀ ਸਥਿਤੀ ਸੀ? ਉਸ ਵਕਤ ਦੇਖੋ ਜਿਹੜੀਆਂ ਫਿਲਮਾਂ ਸੀ ਜੀ ਉਹ ਸਾਰੀ ਫਿਲਮ ਜਿਹੜੀ ਹੁੰਦੀ ਸੀ ਉਹ 8-10 ਲੱਖ ਰੁਪਏ ਦੇ ਵਿੱਚ ਬਣ ਜਾਂਦੀ ਸੀ। ਉਸ ਤੋਂ ਬਾਅਦ ਜਿਹੜੀ ਮੇਰੀ ਫਿਲਮ ਹੈ
ਉਹ ਅਸੀਂ ਬਣਾਈ ਸੀ ਜੀ ਧਰਮ ਜੱਟ ਦਾ ਸੁਖਜਿੰਦਰ ਸ਼ੇਰਾ ਜੀ ਦੇ ਨਾਲ। ਸੋ ਬਸ ਉਹਦੇ ਵਿੱਚ ਤਾਂ ਉਸ ਤੋਂ ਬਾਅਦ ਤਾਂ ਫਿਰ ਥੋੜ੍ਹਾ ਜਿਹਾ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਨਾਮ ਹੋ ਗਿਆ ਮੇਰਾ ਵੀ ਇਸ ਤਰ੍ਹਾਂ ਦਾ ਇੱਕ। ਉਦੋਂ ਮੇਰੀ ਸਿਹਤ ਕਾਫੀ ਅੱਛੀ ਹੁੰਦੀ ਸੀ ਤੋ ਉਦੋਂ ਵਿਲਨ ਟਰੈਕ ਦੇ ਵਿੱਚ ਮੇਰਾ ਕਾਫੀ ਚੱਲ ਪਿਆ ਸੀ। ਫਿਰ ਮੈਨੂੰ ਜਿਹੜਾ ਮੇਰੇ ਗੁਰੂ ਜੀ ਗੁਰਕੀਰਤਨ ਉਹਨਾਂ ਨੇ ਮੈਨੂੰ ਜਿਹੜਾ ਬੁਲਾ ਕੇ ਮਿਲਾਇਆ ਡਾਇਰੈਕਟਰ ਨੂੰ, ਇੱਕ ਭਾਲ ਸੀ ਯਾਰ ਮੈਨੂੰ ਇੱਕ ਥਾਣੇਦਾਰ ਦੇ ਕਰੈਕਟਰ ਵਾਸਤੇ ਬੰਦਾ ਚਾਹੀਦਾ ਜਿਹੜਾ ਦੇਖਣ ਨੂੰ ਬੜਾ ਕਰੂਰ ਟਾਈਪ ਜਿਹਾ ਬੰਦਾ ਲੱਗੇ। ਤਾਂ ਉਹ ਗੁਰੂ ਜੀ ਨੇ ਮਿਲਾਇਆ ਕਿ ਮੈਂ ਧਰਮ ਜੱਟ ਦਾ ਵਿੱਚ ਕੰਮ ਕਰਕੇ ਆਇਆ, ਉਹਦੇ ਵਿੱਚ ਇੱਕ ਮੁੰਡਾ ਹੈਗਾ ਮੈਂ ਮਿਲਵਾ ਦਿੰਦਾ ਤੁਹਾਨੂੰ ਆਡੀਸ਼ਨ ਲੈ ਲਓ ਤੁਸੀਂ। ਸੋ ਮੈਂ ਉਦੋਂ ਜਦੋਂ ਬੁਲਾਇਆ ਜਗਰਾਓਂ ਚੱਲ ਰਹੀ ਸੀ ਤਾਂ ਦੋ ਫਿਲਮਾਂ ਚੱਲ ਰਹੀਆਂ ਸੀ, ਇਕਬਾਲ ਢਿੱਲੋਂ ਜੀ ਦੀ ਔਰ ਭਾਰਤ ਭੂਸ਼ਣ ਜੀ ਦੀਆਂ। ਤਾਂ ਉਹਨਾਂ ਦੀ ਸੀ ਭਾਰਤ ਭੂਸ਼ਣ ਜੀ ਸੀਗੀ ਧੀ ਜੱਟ ਦੀ ਉਪਾਸਨਾ ਸਿੰਘ ਦੀ, ਔਰ ਉਹਨਾਂ ਦੀ ਗੁਰਦਾਸ ਮਾਨ ਜੀ ਦੀ ਚੱਲ ਰਹੀ ਸੀ ਬਗਾਵਤ। ਸੋ ਮੈਨੂੰ ਬਗਾਵਤ ਵਾਸਤੇ ਬੁਲਾਇਆ ਗਿਆ। ਸੋ ਮੇਰੇ ਗੁਰੂ ਜੀ ਬੈਠੇ ਸੀਗੇ ਧੀ ਜੱਟ ਦੀ ਵਾਲੇ ਪਾਸੇ। ਮੈਂ ਜਦੋਂ ਧੀ ਜੱਟ ਦੇ ਵਾਲੇ ਸੈੱਟ ਤੇ ਮੈਂ ਤਾਂ ਗੁਰੂ ਜੀ ਕੋਲੇ ਜਾਣਾ ਸੀ ਪਹਿਲਾਂ। ਮੈਂ ਜਦੋਂ ਉਹਨਾਂ ਕੋਲੇ ਗਿਆ ਮੈਂ ਕਿਹਾ ਜੀ ਮੈਂ ਆ ਗਿਆ, ਔਰ ਡਾਇਰੈਕਟਰ ਸਾਹਿਬ ਜਿਹੜੇ ਸਾਡੇ ਸਾਹਨੀ ਸਾਹਿਬ ਤਾਂ ਉਹ ਕਹਿੰਦੇ ਉਹ ਗੁਰਕੀਰਤਨ ਯਾਰ ਆਹ ਮੁੰਡਾ ਕੌਣ ਹੈ? ਕਹਿੰਦਾ ਜੀ ਇਸ ਨੂੰ ਬੁਲਾਇਆ ਉੱਧਰ ਬਗਾਵਤ ਵਾਸਤੇ ਜਿਹੜਾ ਉੱਧਰ ਕਰੈਕਟਰ ਕਰਨਾ। ਉਹ ਛੱਡ ਯਾਰ ਉੱਧਰ ਫੇਰ ਕਰੂਗਾ, ਉਹ ਇਹਨੂੰ ਉਪਾਸਨਾ ਸਿੰਘ ਦੇ ਪਿਓ ਦਾ ਕਰੈਕਟਰ ਦਿਓ, ਇਹਦੀ ਦਾੜੀ ਚਿੱਟੀ ਕਰੋ। ਮੈਂ ਕਿਹਾ ਯਾਰ ਇੱਕ ਫਿਲਮ ਕਰ ਰਿਹਾ ਸੀ ਦੋ ਦੂਜੀ ਵੀ ਮਿਲ ਗਈ। ਸੋ ਉਸ ਤਰ੍ਹਾਂ ਦਾ ਮੈਨੂੰ ਕਰਕੇ ਫਿਰ ਉਹ ਧੀ ਜੱਟ ਦੀ ਵਿੱਚ ਜਿਹੜਾ ਮੈਂ ਉਪਾਸਨਾ ਸਿੰਘ ਦੇ ਫਾਦਰ ਦਾ ਕਰੈਕਟਰ ਕੀਤਾ। ਸੋ ਮੈਨੂੰ ਜਿਹੜਾ ਉਹ ਉਸ ਵਕਤ ਦਾ ਜਿਹੜਾ ਉਹ ਮਾਹੌਲ ਸੀ ਉਹ ਮੈਨੂੰ ਬੜਾ ਅੱਛਾ ਲੱਗ ਰਿਹਾ ਸੀ ਕਿ ਬਗਾਵਤ ਵਾਲਿਆਂ ਪਾਸੇ ਜਿਹੜੇ ਦੂਜੇ ਪਿੰਡੋਂ ਆ ਕੇ ਗੱਡੀ ਮੇਰੇ ਵਾਸਤੇ ਖੜੀ ਹੈ ਕਿ ਇੱਧਰੋਂ ਕੰਮ ਖਤਮ ਹੋਵੇ ਤਾਂ ਇਹਨੂੰ ਪਾ ਕੇ ਫਿਰ ਦੂਜੇ ਸੈੱਟ 'ਤੇ ਲੈ ਕੇ ਜਾਈਏ, ਫਿਰ ਮੇਰਾ ਉੱਧਰ ਕੰਮ ਸ਼ੁਰੂ ਹੋ ਜਾਂਦਾ, ਉੱਧਰੋਂ ਫਿਰ ਉੱਧਰ ਗੱਡੀ ਖੜੀ ਹੁੰਦੀ ਸੀ ਇੱਧਰ ਦੀ। ਸੋ ਉਹ ਬੜਾ ਹੀ ਅੱਛਾ ਮੈਨੂੰ ਜਿਹੜਾ ਮਾਹੌਲ ਲੱਗਿਆ, ਔਰ ਮੇਰਾ ਹੌਸਲਾ ਵੀ ਜਿਹੜੇ ਉਹ ਬੁਲੰਦ ਹੋਏ ਹੌਸਲੇ। ਸੋ ਉਦੋਂ ਮੈਂ ਕਰਕੇ ਫਿਰ ਉਹਦੇ ਵਿੱਚ ਮੈਂ ਜਿਹੜਾ ਬਗਾਵਤ ਵਿੱਚ ਮੈਂ ਗੁਰਦਾਸ ਮਾਨ ਜੀ, ਉਦੋਂ ਗੁਰਦਾਸ ਮਾਨ ਜੀ ਤੁਹਾਨੂੰ ਪਤਾ ਜੀ ਅੱਜ ਵੀ ਉਹ ਸੁਪਰ ਸਟਾਰ ਨੇ, ਉਦੋਂ ਵੀ ਸੁਪਰ ਸਟਾਰ ਸੀ। ਤਾਂ ਉਹਨਾਂ ਨਾਲ ਜਿਹੜਾ ਕੰਮ ਕਰਨਾ ਇੱਕ ਬਹੁਤ ਵੱਡੀ ਗੱਲ ਸੀ ਇਹ। ਅਤੇ ਉਦੋਂ ਮੈਂ ਬਗਾਵਤ ਜਦੋਂ ਫਿਲਮ ਰਿਲੀਜ਼ ਹੋਈ ਹੈ ਤਾਂ ਉਦੋਂ ਫਿਲਮ ਇੰਡਸਟਰੀ ਨੂੰ ਇਹ ਪਤਾ ਲੱਗ ਗਿਆ ਸੀ ਕਿ ਹਾਂ ਇੱਕ ਗੁਰਮੀਤ ਸਾਜਨ ਹੈ। ਸੋ ਉਸ ਤੋਂ ਬਾਅਦ ਤਾਂ ਫਿਰ ਸਿਲਸਿਲਾ ਜਿਹੜਾ ਫਿਲਮਾਂ ਦਾ ਚੱਲਦਾ ਰਿਹਾ। ਫਿਲਮਾਂ ਨੂੰ ਝੋਲ ਤਾਂ ਪੈਂਦੀ ਰਹੀ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੂੰ, ਕਿਉਂਕਿ ਸਾਡੇ ਪੰਜਾਬੀ ਫਿਲਮ ਇੰਡਸਟਰੀ ਵਾਲੇ ਜਿੱਧਰ ਨੂੰ ਪੈ ਜਾਂਦੇ ਆ ਬਸ ਬੱਲੇ ਬੱਲੇ ਕਰਾ ਦਿੰਦੇ ਆ। ਸੋ ਉਦੋਂ ਝੋਲ ਪਈ, ਬੰਦ ਹੋ ਗਈਆਂ, ਠੀਕ ਹੈ ਜੀ। ਫਿਰ ਦੁਬਾਰਾ ਜਦੋਂ ਮਨਮੋਹਨ ਸਿੰਘ ਜੀ, ਗੁਰਦਾਸ ਮਾਨ ਜੀ ਨੇ ਫਿਰ ਚੱਕਿਆ ਫਿਲਮਾਂ ਦਾ ਸਿਲਸਿਲਾ ਤਾਂ ਫਿਰ ਫਿਲਮਾਂ ਸ਼ੁਰੂ ਹੋਈਆਂ, ਇਹ ਵੱਡੇ ਬਜਟ ਵਾਲੀਆਂ। ਲੇਕਿਨ ਇਹਦੇ ਵਿੱਚ ਵੀ ਇੱਕ ਵਾਰ ਫਿਰ ਝੋਲ ਵੱਜੀ ਸੀ ਜਦ ਕੋਮੇਡੀ ਫਿਲਮਾਂ ਬਹੁਤ ਜ਼ਿਆਦਾ ਆਉਣ ਲੱਗ ਗਈਆਂ ਸੀ। ਫਿਰ ਝੋਲ ਮੈਂ ਫਿਰ ਇਹ ਜਿਹੜਾ ਅੰਗਰੇਜ਼ ਤੋਂ ਫਿਰ ਸਿਲਸਿਲਾ ਸ਼ੁਰੂ ਹੋਇਆ, ਤਾਂ ਅੰਗਰੇਜ਼ ਤੋਂ ਲੈ ਕੇ ਸਿਮਰਜੀਤ ਭਾਅ ਜੀ ਦਾ, ਉਦੋਂ ਤੋਂ ਇਹ ਜਿਹੜਾ ਸਿਲਸਿਲਾ ਹੁਣ ਤੱਕ ਜਿਹੜਾ ਅਪ ਹੁੰਦਾ ਜਾ ਰਿਹਾ, ਹੁਣ ਜਿਹੜੀ ਹੈ ਸਾਡੀ ਬੋਲੀਵੁੱਡ ਇਹ ਪੂਰੇ ਸਿਖਰ 'ਤੇ ਜੇ ਕਹਿ ਸਕਦੇ ਹਾਂ। ਸਰ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਗੁਰੂ ਜੀ ਦਾ ਜ਼ਿਕਰ ਕੀਤਾ, ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਅਦਾਕਾਰੀ ਦੇ ਵਿੱਚ ਤੁਸੀਂ ਕਿਸੇ ਤੋਂ ਤਾਲੀਮ ਲਈ ਸੀ, ਕੌਣ ਤੁਹਾਡੇ ਗੁਰੂ ਸੀ? ਦੇਖੋ ਮੈਂ ਜਿਵੇਂ ਥੀਏਟਰ ਸੁਦਰਸ਼ਨ ਮੈਣੀ ਜੀ ਨਾਲ ਕੀਤਾ ਜੀ ਫਰੀਦਕੋਟ, ਤਾਂ ਉਹਨਾਂ ਦੇ ਨਾਲ ਮੈਂ ਥੀਏਟਰ ਕੀਤਾ, ਔਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਜਦ ਆਇਆ ਤਾਂ ਮੈਂ ਗੁਰੂ ਜੀ ਕਹਿਣਾ ਗੁਰਕੀਰਤਨ ਜੀ ਨੂੰ, ਕਿਉਂਕਿ ਅਸਲ ਦੇ ਵਿੱਚ ਚੰਡੀਗੜ੍ਹ ਸ਼ਹਿਰ ਵਰਗੇ 'ਚ ਅਤੇ ਅਸੀਂ ਇੱਕ ਟਰੈਕ ਦੇ ਬੰਦੇ, ਉਹ ਵੀ ਵਿਲਨ ਟਰੈਕ ਦੇ, ਮੈਂ ਵੀ ਵਿਲਨ ਟਰੈਕ ਦਾ, ਲੇਕਿਨ ਉਹਨਾਂ ਨੇ ਫਿਰ ਵੀ ਮੈਨੂੰ ਬੁਲਾਇਆ, ਕੰਮ ਦਵਾਇਆ, ਬਾਂਹ ਫੜੀ ਔਰ ਮੇਰੀ ਹੈਲਪ ਕੀਤੀ ਚੰਡੀਗੜ੍ਹ ਦੇ ਵਿੱਚ ਰਹਿਣ ਵਾਸਤੇ, ਜਦਕਿ ਉਹਦੇ ਵੱਡੇ ਸ਼ਹਿਰ ਦੇ ਵਿੱਚ ਕੋਈ ਕਿਸੇ ਨੂੰ ਚਾਹ ਦਾ ਕੱਪ ਨਹੀਂ ਪੁੱਛਦਾ, ਰਾਈਟ ਹੈ। ਔਰ ਉਹਨਾਂ ਨੇ ਮੇਰੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲਈ ਉੱਥੇ, ਮੈਨੂੰ ਰਹਿਣ ਸਹਿਣ ਦਾ ਸਾਰਾ ਉਹਨਾਂ ਨੇ ਮੈਨੂੰ, ਤਾਂ ਮਤਲਬ ਉਹਨਾਂ ਨੇ ਮੇਰੀ ਖਾਤਰ ਜਿਹੜਾ ਬਹੁਤ ਕੁਛ ਕੀਤਾ ਜੋ ਇਸ ਦੁਨੀਆਂ ਵਿੱਚ ਨਹੀਂ ਹੈ। ਜਿਹੜੀ ਤੁਹਾਡੀ ਗੱਲਬਾਤ ਸੀ ਉਹਦੇ ਵਿੱਚ ਤੁਸੀਂ ਗੁਰੂ ਜੀ ਦਾ ਜ਼ਿਕਰ ਕੀਤਾ ਸੀ, ਸਾਡੇ ਦਰਸ਼ਕ ਜਾਣਨਾ ਚਾਹੁੰਗੇ ਕਿ ਅਦਾਕਾਰੀ ਦੇ ਵਿੱਚ ਤੁਹਾਡੇ ਗੁਰੂ ਕੌਣ ਸੀ? ਅਦਾਕਾਰੀ ਦੇ ਵਿੱਚ ਮੈਂ ਜਿਹੜਾ ਸਭ ਤੋਂ ਪਹਿਲਾਂ ਜੀ ਥੀਏਟਰ ਸ਼ੁਰੂ ਕੀਤਾ, ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਕਿ ਜਿਹੜਾ ਬੰਦਾ ਗਾਇਕੀ ਕਰਦਾ, ਗਾਇਕੀ ਮੈਂ ਜਿਹਨਾਂ ਕੋਲੋਂ ਸਿੱਖਦਾ ਰਿਹਾ ਉਹ ਸਾਡੇ ਪ੍ਰੋਫੈਸਰ ਕ੍ਰਿਸ਼ਨ ਕਾਂਤ ਜੀ, ਬਜਿੰਦਰਾ ਕਾਲਜ ਦੇ ਵਿੱਚ ਉਹ ਪ੍ਰੋਫੈਸਰ ਸੀ, ਉਹਨਾਂ ਕੋਲੋਂ ਗਿਆਨੀ ਅਜੀਤ ਸਿੰਘ ਜੀ, ਸੋ ਉਹਨਾਂ ਕੋਲੋਂ ਜਿਹੜੀ ਮਿਊਜ਼ਿਕ ਦੀ ਤਾਲੀਮ ਸਾਰੀ ਲਈ, ਅਤੇ ਉਸ ਤੋਂ ਬਾਅਦ ਸੁਦਰਸ਼ਨ ਮੈਣੀ ਜੀ ਦੇ ਨਾਲ ਮੈਂ ਥੀਏਟਰ ਕੀਤਾ। ਉਸ ਤੋਂ ਬਾਅਦ ਫਿਰ ਜਦ ਚੰਡੀਗੜ੍ਹ ਆਏ ਤਾਂ ਗੁਰਕੀਰਤਨ ਜੀ, ਉਹਨਾਂ ਨੇ ਮੈਨੂੰ ਬੁਲਾਇਆ ਅਤੇ ਉਹਨਾਂ ਨੇ ਮੈਨੂੰ ਕੁਛ ਜਿਹੜੀਆਂ ਉਹ ਫਿਲਮਾਂ ਵੀ ਦਵਾਈਆਂ,
ਸੋ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਲਸ਼ਕਾਰਾ ਅਲਫਾ ਚੈਨਲ 'ਤੇ ਹਾਲਾਂਕਿ ਅਸੀਂ ਇੱਕ ਟਰੈਕ ਦੇ ਬੰਦੇ ਸੀ ਦੋਨੋਂ ਰਾਈਟ ਔਰ ਉਹ ਵੀ ਵਿਲਨ ਦੇ ਜ਼ਿਆਦਾ ਆਉਂਦੇ ਸੀਗੇ ਅਤੇ ਮੈਂ ਵੀ ਵਿਲਨ ਟਰੈਕ ਦੇ ਵਿੱਚ ਹੀ ਸੀਗਾ ਅਤੇ ਉਹਨਾਂ ਨੇ ਫਿਰ ਵੀ ਮੈਨੂੰ ਉੱਥੇ ਬੁਲਾ ਕੇ ਕੰਮ ਦਵਾਇਆ ਅਤੇ ਉਹ ਹਰ ਥਾਂ ਜਿਹੜਾ ਮੇਰੀ ਸਪੋਰਟ ਕਰਦੇ ਸੀ ਅਤੇ ਉਹ ਸਰੋਂ ਉਹਨਾਂ ਦੀ ਵਜ੍ਹਾ ਨਾਲ ਹੀ ਜਿਹੜਾ ਮੈਨੂੰ ਕੰਮ ਵੀ ਮਿਲਿਆ ਅਤੇ ਮੈਂ ਜਿਹੜਾ ਕਾਫੀ ਸਾਲ ਜਿਹੜਾ ਮੈਂ ਚੰਡੀਗੜ੍ਹ ਦੇ ਵਿੱਚ ਸਟੇ ਕਰ ਰਿਹਾ ਫਿਰ ਲਸ਼ਕਾਰਾ ਅਲਫਾ ਚੈਨਲ ਬੰਦ ਹੋ ਗਏ ਤਾਂ ਉਸ ਤੋਂ ਬਾਅਦ ਫਿਰ ਕੁਛ ਦਿਖਾਈ ਨਹੀਂ ਸੀ ਦੇ ਰਿਹਾ ਕਿ ਹੁਣ ਕੀ ਕਰੀਏ ਸੋ ਫਿਰ ਪਿੱਛੇ ਵੀ ਕੁਛ ਘਰ ਦੀਆਂ ਮਜਬੂਰੀਆਂ ਸੀ ਫਿਰ ਮੈਂ ਪਿੱਛੇ ਆਉਣੇ ਬਿਹਤਰ ਸਮਝਿਆ ਲੇਕਿਨ ਮੈਂ ਪਿੱਛੇ ਆ ਕੇ ਵੀ ਮੈਂ ਚੁੱਪ ਨਹੀਂ ਬੈਠਾ ਕਿਉਂਕਿ ਇੰਨੇ ਸਾਲਾਂ ਦੀ ਮਿਹਨਤ ਜਿਹੜੀ ਸੀ ਉਹਨੂੰ ਮੈਂ ਇਹ ਨਹੀਂ ਸੀ ਕਰਨਾ ਚਾਹੁੰਦਾ ਅਸਲ ਦੇ ਵਿੱਚ ਬਕਾਇਦਾ ਘਰਦੇ ਤਾਂ ਇਹੀ ਕਹਿੰਦੇ ਸੀ ਕਿ ਸ਼ੋਪ 'ਤੇ ਬੈਠੋ ਸ਼ੋਰੂਮ 'ਤੇ ਬੈਠੋ ਇਹ ਕੀ ਇਹ ਬਸ ਰਹਿਣ ਦਿਓ ਇਹ ਕੰਮ ਨਹੀਂ ਤਾਂ ਤੁਹਾਨੂੰ ਉਠਾਉਣਾ ਤੁਸੀਂ ਰਹਿਣ ਦਿਓ ਲੇਕਿਨ ਮੈਂ ਸ਼ੋਪ 'ਤੇ ਵੀ ਬਹਿ ਗਿਆ ਕਿਉਂਕਿ ਸਾਡੀ ਸੋਨੇ ਚਾਂਦੀ ਦੀ ਦੁਕਾਨ ਹੈ ਠੀਕ ਹੈ ਜੀ ਤਾਂ ਉਦੋਂ ਵੀ ਬੈਠਾ ਪਰ ਮੇਰਾ ਕਲਾਕਾਰ ਦਾ ਮਨ ਕਿੱਥੇ ਲੱਗਦਾ ਉਹਦਾ ਤਾਂ ਖਿਆਲ ਹੋਰ ਪਾਸੇ ਹੀ ਹੁੰਦਾ ਸੋ ਮੈਂ ਆਪਣੀ ਇੱਕ ਵੀਡੀਓ ਪ੍ਰੋਡਕਸ਼ਨ ਉੱਥੇ ਮੈਂ ਬਣਾ ਲਈ ਜਿਹਦੇ ਵਿੱਚ ਮੈਂ ਵੀਡੀਓ ਫਿਲਮਾਂ ਬਣਾਈਆਂ ਕਾਲਾ ਮਾਲਾ ਤੋਂ ਮੈਂ ਸ਼ੁਰੂ ਕੰਮ ਕੀਤਾ ਭਜਨੇ ਅਮਲੀ ਯਾਤਰੋ ਨੂੰ ਲੈ ਕੇ ਨਾ ਕਾਲਾ ਮਾਲਾ ਫਿਲਮ ਬਣਾਈ ਫਿਰ ਮੈਂ ਤੜਾਗੀ ਵਾਲਾ ਬਾਬਾ ਬਣਾਈ ਫਿਰ ਮਾਂ ਦਾ ਧਰਮਿੰਦਰ ਬਣਾਈ ਠਾ ਸੋਟਾ ਬਣਾਈ ਕਾਲਾ ਮਾਲਾ ਦੇ ਮੈਂ 5 ਪਾਰਟ ਬਣਾਏ ਹੈ ਨਾ ਜੀ ਸੋ ਮੈਂ ਉਹ ਸਿਲਸਿਲੇ ਨੂੰ ਟੁੱਟਣ ਨਹੀਂ ਦਿੱਤਾ ਮੈਂ ਮਾਰਕੀਟ ਦੇ ਵਿੱਚ ਵੀ ਸਰਗਰਮ ਰਿਹਾ ਗਾਹੇ ਵਗਾਹੇ ਚਾਹੇ ਉਹ ਯੂਟਿਊਬ 'ਤੇ ਚਾਹੇ ਉਦੋਂ ਸੀਡੀਆਂ ਜ਼ਿਆਦਾ ਚੱਲਦੀਆਂ ਸੀ ਸੋ ਮੈਂ ਇਸ ਗੱਲ ਨੂੰ ਟੁੱਟਣ ਨਹੀਂ ਦਿੱਤਾ ਸੋ ਮੈਂ ਇਹ ਕੰਟੀਨਿਊ ਜਿਹੜਾ ਕੰਮ ਮੇਰਾ ਇਹ ਚੱਲਦਾ ਰਿਹਾ ਨਾਲ ਨਾਲ ਥੀਏਟਰ ਨਾਲ ਨਾਲ ਜਿਹੜਾ ਫਿਲਮਾਂ ਦਾ ਸਿਲਸਿਲਾ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਫਿਰ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਫਿਰ ਫਿਲਮਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਮਨਮੋਹਨ ਸਿੰਘ ਜੀ ਤੋਂ ਔਰ ਗੁਰਦਾਸ ਮਾਨ ਜੀ ਤੋਂ ਹੈ ਨਾ ਜੀ ਫਿਰ ਉਹਨਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ ਤਾਂ ਉਦੋਂ ਵੀ ਮੈਂ ਜਿਹੜੀਆਂ ਫਿਲਮਾਂ ਕੀਤੀਆਂ ਸਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਸ਼ਾਰਟ ਫਿਲਮਾਂ ਵੀ ਬਣਾਈਆਂ ਨੇ ਔਰ ਨਾਟਕਾਂ ਦੇ ਵਿੱਚ ਵੀ ਕੰਮ ਕਰਦੇ ਨੇ ਔਰ ਚੈਨਲ ਲਈ ਵੀ ਕੰਮ ਕੀਤਾ ਹੁਣ ਤੱਕ ਦੀ ਤੁਹਾਡੀ ਫਿਲਮੋਗ੍ਰਾਫੀ ਦੇ ਜੇ ਜ਼ਿਕਰ ਕਰੀਏ ਤਾਂ ਉਹਦੇ ਵਿੱਚ ਕਿੰਨੀਆਂ ਕੁ ਫਿਲਮਾਂ ਸ਼ਾਮਿਲ ਨੇ ਦੇਖੋ ਸਭ ਤੋਂ ਜਿਵੇਂ ਪਹਿਲੀ ਫਿਲਮ ਉਡੀਕਾਂ ਸਾਉਣ ਦੀਆਂ ਸੀ ਹੈ ਨਾ ਜੀ ਔਰ ਦੂਸਰੀ ਫਿਲਮ ਧਰਮ ਜੱਟ ਦਾ ਸੀ ਔਰ ਤੀਸਰੀ ਫਿਲਮ ਫਿਰ ਆਈ ਜਿਹੜੀ ਧੀ ਜੱਟ ਦੀ ਬਗਾਵਤ ਔਰ ਇੱਕ ਵਿਸ਼ਵੋ ਜੱਟੀ ਸੀ ਕੁਛ ਫਿਲਮਾਂ ਡੱਬੇ 'ਚ ਬੰਦ ਵੀ ਰਹੀਆਂ ਬਣਨ ਤੋਂ ਬਾਅਦ ਸਾਰੀਆਂ ਰਿਲੀਜ਼ ਨਹੀਂ ਹੁੰਦੀਆਂ ਹੁੰਦੀਆਂ ਸੋ ਇੱਕ ਫਿਲਮ ਫਿਰ ਪਛਤਾਵਾ ਆਈ ਸੀ ਹੈ ਨਾ ਜੀ ਉਹ ਕੀਤੀ ਔਰ ਜੈਲਦਾਰ ਕੀਤੀ ਜਿਹੜੀ ਕਾਫੀ ਵੱਡੇ ਜਿਹੜਾ ਸੀਗੇ ਸਟਾਰ ਕਾਸਟ ਉਹਦੇ 'ਚ ਸੋ ਉਹ ਜੈਲਦਾਰ ਫਿਲਮ ਉਹ ਕੀਤੀ ਅਤੇ ਹੋਰ ਵੀ ਕਾਫੀ ਜਿਵੇਂ ਅਸਾਂ ਨੂੰ ਮਾਣ ਵਤਨਾਂ ਦਾ ਮਨਮੋਹਨ ਸਿੰਘ ਜੀ ਦੇ ਨਾਲ ਮੈਂ ਉਹ ਕੀਤੀ ਉਹ ਵੀ ਜਿਹੜਾ ਬਹੁਤ ਅੱਛੀ ਫਿਲਮ ਠੀਕ ਰਹੀ ਉਹ ਅਤੇ ਹੋਰ ਵੀ ਕਾਫੀ ਫਿਲਮਾਂ ਕੀਤੀਆਂ ਲੇਕਿਨ ਉਹਦੇ ਵਿੱਚ ਹੁਣ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਜਿਵੇਂ ਕਿ ਹਿੰਦੀ ਫਿਲਮ ਇੱਕ ਫਿਰ ਮੈਂ ਕੀਤੀ ਸੀਗੀ ਤੇਰੇ ਨਾਲ ਲਵ ਹੋ ਗਿਆ ਰਿਤੇਸ਼ ਦੇਸ਼ਮੁਖ ਜਨੇਰੀਆ ਡਿਸੂਜ਼ਾ ਓਮਪੁਰੀ ਓਮਪੁਰੀ ਦੇ ਬ੍ਰਦਰ ਦਾ ਕਰੈਕਟਰ ਸੋ ਉਸ ਫਿਲਮ ਦੇ ਵਿੱਚ ਬੇਸ਼ੱਕ ਉਹ ਕਰੈਕਟਰ ਗੂੰਗੇ ਦਾ ਸੀ ਉਹਦੇ 'ਚ ਕੋਈ ਡਾਇਲੋਗ ਨਹੀਂ ਸੀ ਬੋਲਣਾ ਉਹ ਗੂੰਗਾ ਉਹ ਕਰੈਕਟਰ ਗੂੰਗਾ ਹੈ ਲੇਕਿਨ ਉਹ ਕੰਮ ਕਰਦਾ ਆਪਣਾ ਕਿਡਨੈਪਿੰਗ ਵਗੈਰਾ ਕਰਨੀ ਵਿਲਨ ਟਰੈਕ 'ਤੇ ਸੀ ਉਹ ਸੋ ਉਹ ਕੰਮ ਬਹੁਤ ਅੱਛਾ ਰਿਹਾ ਔਰ ਸਾਰੀ ਫਿਲਮ ਦੇ ਵਿੱਚ ਮੇਰੇ ਕਰੈਕਟਰ ਦਾ ਸਸਪੈਂਸ ਬਣਿਆ ਰਿਹਾ ਕਿ ਯਾਰ ਇਹ ਬੰਦਾ ਕੌਣ ਹੈ ਯਾਰ ਜਿਹੜਾ ਮੋਟਰਸਾਈਕਲ 'ਤੇ ਫਿਰਦਾ ਹੈ ਜਾਂ ਇਹ ਬੰਦਾ ਕੌਣ ਹੈ ਦਰਸ਼ਕਾਂ ਲਈ ਉਹ ਬਣਿਆ ਰਿਹਾ ਸੋ ਉਹ ਬਕਾਇਦਾ ਇੱਕ ਕਰੈਕਟਰ ਸੀ ਨਹੀਂ ਆਮ ਜਿਹੜਾ ਹਿੰਦੀ ਫਿਲਮਾਂ ਦੇ ਵਿੱਚ ਜਦੋਂ ਬੰਬੇ ਵਾਲੇ ਇੱਥੇ ਆਉਂਦੇ ਆ ਤਾਂ ਆਪਣੇ ਪੰਜਾਬੀ ਐਕਟਰਾਂ ਨੂੰ ਲੈਂਦੇ ਆ ਤਾਂ ਉਹ ਥੋੜ੍ਹਾ ਜਿਹਾ ਭੀੜ ਦੇ ਵਿੱਚ ਜਾਂ ਰਸ਼ ਦੇ ਵਿੱਚ ਗੁਆਚ ਕੇ ਇੱਧਰ ਉੱਧਰ ਖੜ੍ਹੇ ਜਾਂ ਗੁਆਚ ਜਾਂਦੇ ਆ ਸੋ ਮੈਂ ਜਿਹੜੇ ਡਾਇਰੈਕਟਰ ਮਨਦੀਪ ਸਿੰਘ ਸੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਜੀ ਅਗਰ ਕੋਈ ਇਸ ਤਰ੍ਹਾਂ ਦਾ ਕਰੈਕਟਰ ਆ ਫਿਰ ਤਾਂ ਮੈਂ ਨਹੀਂ ਕਰੂੰਗਾ ਅਗਰ ਕੋਈ ਗੱਲ ਹੋ ਤਾਂ ਜੀ ਇਸ ਕਰੈਕਟਰ ਵਾਸਤੇ ਬਕਾਇਦਾ ਚੋਣ ਹੋ ਰਹੀ ਹੈ ਸੋ ਅਸੀਂ ਹੋਰ ਬੰਦੇ ਵੀ ਦੇਖੇ ਆ ਤੁਹਾਨੂੰ ਕੋਈ 2-4 ਦਿਨਾਂ ਬਾਅਦ ਅਸੀਂ ਤੁਹਾਨੂੰ ਦੱਸਣਾ ਕਿ ਤੁਸੀਂ ਫਾਈਨਲ ਹੋ ਜਾਂ ਨਹੀਂ ਸੋ ਉਹਨਾਂ ਦਾ ਬਾਅਦ ਫੋਨ ਆ ਗਿਆ ਸੀ ਕਿ ਤੁਸੀਂ ਫਾਈਨਲ ਹੋ ਸੋ ਉਹ ਕਰੈਕਟਰ ਵੀ ਮੈਨੂੰ ਬਹੁਤ ਅੱਛਾ ਲੱਗਿਆ ਔਰ ਹਿੰਦੀ ਫਿਲਮਾਂ ਦੇ ਸਿਲਸਿਲੇ ਦੇ ਵਿੱਚ ਜਸਪਾਲ ਭੱਟੀ ਦੇ ਨਾਲ ਜਿਵੇਂ ਮੈਂ ਪ੍ਰੋਫੈਸਰ ਮਨੀ ਪਲਾਂਟ ਕੀਤਾ ਸੀ ਉਹ ਵੀ ਬਹੁਤ ਅੱਛਾ ਜਿਹੜਾ ਅੱਜ ਕੱਲ੍ਹ ਆਪਣਾ ਗਰੋਵਰ ਆ ਰਿਹਾ ਗੁੱਥੀ
ਸੋ ਉਹ ਉਦੋਂ ਪ੍ਰੋਫੈਸਰ ਮਣੀ ਪਲਾਂਟ ਬਣੇ ਸੀ ਹਾਂ ਉਦੋਂ ਅਸੀਂ ਇਕੱਠੇ ਆਏ ਮਤਲਬ ਇੱਥੇ ਉਹ ਵੀ ਜਿਹੜੇ ਸਟਰਗਲ ਹੀ ਕਹਿ ਸਕਦੇ ਹਾਂ ਉਦੋਂ ਜਸਪਾਲ ਭੱਟੀ ਨਾਲ ਵੀ ਵਧੀਆ ਕੰਮ ਕੀਤਾ ਉਦੋਂ ਇੱਕ ਛੋਟੀ ਹਿੰਦੀ ਫਿਲਮ ਬਣਾਈ ਸੀ ਰੋਕੀ ਰੋਕੀ ਸੀ ਜ਼ਿੰਦਗੀ ਉਸ ਤੋਂ ਹੁਣ ਜਿਹੜੀ ਫਿਲਮ ਆਉਣੀ ਹੈ ਉਹ ਦਿਓਲ ਫੈਮਿਲੀ ਦੇ ਨਾਲ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਆਪਾਂ ਇਹ ਕਹਿ ਲਈਏ ਕਿ ਜਦੋਂ ਬਹਿ ਕੇ ਫਿਲਮਾਂ ਦੇਖਦੇ ਸੀ ਧਰਮਿੰਦਰ ਦੀਆਂ ਸੰਨੀ ਦਿਓਲ ਦੀਆਂ ਤਾਂ ਯਾਰ ਉਹਨਾਂ ਨੂੰ ਦੇਖਣ ਨੂੰ ਤਰਸਦੇ ਸੀ ਕਿ ਇਹਨਾਂ ਨੂੰ ਕਿਤੇ ਦੇਖੀਏ ਯਾਰ ਕਿਸ ਤਰ੍ਹਾਂ ਕੰਮ ਯਾਰ ਕਰ ਰਹੇ ਉਹਨਾਂ ਤੋਂ ਸਿੱਖੇ ਵੀ ਉਹਨਾਂ ਨੂੰ ਦੇਖ ਦੇਖ ਕੇ ਕਿ ਉਹ ਕਿਸ ਤਰ੍ਹਾਂ ਅਤੇ ਲੇਕਿਨ ਹੈਦਰਾਬਾਦ ਹੁਣ ਸ਼ੂਟਿੰਗ ਹੋਈ ਹੈ ਯਮਲਾ ਪਗਲਾ ਦੀਵਾਨਾ ਫਿਰ ਸੇ ਯਾਨੀ ਤੀਸਰਾ ਭਾਗ ਹੈ ਜਿਹੜਾ ਤਾਂ ਉਹਦੇ ਵਿੱਚ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਤੋਂ ਤਿੰਨ ਕਲਾਕਾਰਾਂ ਦੀ ਚੋਣ ਕੀਤੀ ਗਈ ਜਿਹਦੇ ਵਿੱਚ ਕਿ ਅਨੀਤਾ ਦੇਵਗਨ ਬੀਨੂ ਢਿੱਲੋਂ ਅਤੇ ਮੈਂ ਅਸੀਂ ਤਿੰਨਾਂ ਨੇ ਜਿਹੜਾ ਉਹਦੇ ਵਿੱਚ ਬਕਾਇਦਾ ਸਾਡਾ ਅੱਛੇ ਕਰੈਕਟਰ ਹੈ ਵਧੀਆ ਕਰੈਕਟਰ ਹੈ ਸਾਡਾ ਕਾਫੀ ਦਿਨ ਜਿਹੜਾ ਉੱਥੇ ਕੰਮ ਚੱਲਿਆ ਔਰ ਜਦ ਅਸੀਂ ਸੁਪਨੇ ਜਿਹੜੇ ਦੇਖਦੇ ਸੀ ਜਿਹਨਾਂ ਨੂੰ ਪਰਦੇ 'ਤੇ ਦੇਖਦੇ ਸੀ ਜਿਹਨਾਂ ਨੂੰ ਦੇਖ ਕੇ ਸਿੱਖਿਆ ਉਹਨਾਂ ਦੇ ਨਾਲ ਕੰਮ ਕਰ ਰਹੇ ਸੀ ਅਸੀਂ ਉਹਨਾਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਇਸ ਤਰ੍ਹਾਂ ਹੋ ਰਹੀਆਂ ਬਹੁਤ ਵਧੀਆ ਫੀਲ ਹੋ ਰਿਹਾ ਸੀ ਯਾਰ ਕਿ ਵਾਹਿਗੁਰੂ ਦੀ ਬੜੀ ਕਿਰਪਾ ਹੈ ਕਿ ਅੱਜ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ ਜਿਹਨਾਂ ਨੂੰ ਦੇਖ ਕੇ ਅਸੀਂ ਸਿੱਖੇ ਅਤੇ ਜਿਹਨਾਂ ਨੂੰ ਜਿਹਨਾਂ ਦੀ ਇੱਕ ਝਲਕ ਦੇਖਣ ਨੂੰ ਅਸੀਂ ਤਰਸਦੇ ਸੀ ਮੇਰੇ ਲਈ ਉਹ ਜਿਹੜਾ ਪਲ ਸੀ ਉਹ ਬਹੁਤ ਵਧੀਆ ਪਲ ਸੀ ਬਹੁਤ ਵਧੀਆ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਕਿ ਪਿੱਛੇ ਤੁਸੀਂ ਆਪਣੇ ਘਰੇਲੂ ਕੰਮਾਂ ਦੇ ਵਿੱਚ ਅਦਾਕਾਰੀ ਦੇ ਨਾਲ ਨਾਲ ਜਵੈਲਰੀ ਦਾ ਕੰਮ ਵੀ ਕਰਦੇ ਹੋ ਹਾਂਜੀ ਬਿਲਕੁਲ ਹੁਣ ਵੀ ਜਾ ਰਹੀ ਹੈ ਹਾਂ ਉਹ ਹੁਣ ਵੀ ਜਾ ਰਹੀ ਹੈ ਜੀ ਜਦੋਂ ਮੈਂ ਮੇਰੀ ਕੋਈ ਸ਼ੂਟਿੰਗ ਨਹੀਂ ਹੁੰਦੀ ਤਾਂ ਫਿਰ ਮੈਂ ਆਪਣੇ ਸ਼ੋਅਰੂਮ ਤੇ ਹੀ ਹੁੰਦਾ ਜੀ ਬਿਲਕੁਲ ਅੱਛਾ ਜੀ ਇਹ ਸ਼ੋਅਰੂਮ ਕਿੱਥੇ ਹੈ ਇਹ ਸ਼ੋਅਰੂਮ ਕੋਟਕਪੂਰਾ ਜੀ ਅੱਛਾ ਸ਼ਸਤਰੀ ਮਾਰਕੀਟ ਜੀ ਸਰਦਾਰ ਜਵੈਲਰਜ਼ ਲੰਡਿਆਂ ਰੋਡਿਆਂ ਵਾਲੇ ਸੁਨਿਆਰੇ ਜੀ ਤੋਂ ਮਰਜ਼ੀ ਪੁੱਛ ਲਓ ਜੀ ਸਾਡੀ ਦੁਕਾਨ ਹੀ ਹੈ ਗੱਲੇ ਲੰਡਿਆਂ ਵਾਲਿਆਂ ਦੀ ਅੱਛਾ ਸਰ ਜਿੱਦਾਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਜੇ ਆਪਾਂ ਕੇਂਦਰਿਤ ਕਰੀਏ ਤਾਂ ਉਹਨਾਂ ਵਿੱਚ ਕਾਫੀ ਸਾਰੇ ਚਰਿੱਤਰ ਅਦਾਕਾਰ ਨੇ ਜਿਵੇਂ ਮਲਕੀਤ ਰੋਣੀ ਹਰਬੀ ਸੰਘਾ ਕਰਮਜੀਤ ਅਨਮੋਲ ਜਿਨ੍ਹਾਂ ਦੇ ਨਾਲ ਤੁਸੀਂ ਅੱਜ ਵੀ ਫਿਲਮਾਂ ਵਿੱਚ ਦਿਖਾਈ ਦਿੰਦੇ ਹੋ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਤੁਸੀਂ ਆਪਣੀ ਚਰਿੱਤਰ ਅਦਾਕਾਰੀ ਦੇ ਵਿੱਚ ਵੱਖਰੀ ਪਹਿਚਾਣ ਬਣਾਈ ਹੋਈ ਹੈ ਉਹਦੇ ਲਈ ਤੁਸੀਂ ਕੋਈ ਸਟਰਗਲ ਮੰਨਦੇ ਹੋ ਜਾਂ ਫਿਰ ਕੋਈ ਟੈਕਟ ਹੈ ਐਕਟਿੰਗ ਦਾ ਜਿਹੜਾ ਤੁਹਾਨੂੰ ਉਹਨਾਂ ਸਾਰਿਆਂ ਨਾਲੋਂ ਜੁਦਾ ਕਰਦਾ ਹੈ ਅਸਲ ਵਿੱਚ ਗੱਲ ਇਹ ਹੈ ਜੀ ਕਿ ਜਿਹੜੀ ਸਟਰਗਲ ਤਾਂ ਬਹੁਤ ਸਮੇਂ ਤੋਂ ਚੱਲ ਹੀ ਰਹੀ ਹੈ ਬੰਦਾ ਸਾਰੀ ਉਮਰ ਹੀ ਕੁਛ ਸਿੱਖਦਾ ਹੈ ਸਟਰਗਲ ਕਰਦਾ ਕਲਾਕਾਰ ਨੂੰ ਹਰ ਬੰਦਾ ਹੀ ਜਿਹੜਾ ਐਕਟਰ ਹੈ ਨਾ ਜੀ ਉਹਦੇ ਅੰਦਰ ਕਲਾਕਾਰ ਤਾਂ ਹੁੰਦਾ ਹੀ ਹੈ ਬਸ ਸਮਾਂ ਹੁੰਦਾ ਜੀ ਕਿ ਉਹਨੂੰ ਮੌਕਾ ਮਿਲੇ ਠੀਕ ਹੈ ਜੀ ਸੋ ਮੈਨੂੰ ਜਿਵੇਂ ਸਿਮਰਜੀਤ ਭਾਅ ਜੀ ਨੇ ਅੰਗਰੇਜ਼ ਦੇ ਵਿੱਚ ਜਿਵੇਂ ਫੁੱਫੜ ਦੇ ਕਰੈਕਟਰ ਦਾ ਆਪਾਂ ਕਹਿ ਲਈਏ ਕਿ ਜਿਹੜਾ ਮੈਂ ਸਮਝਦਾ ਕਿ ਦੂਸਰੀ ਪਾਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੇਰੀ ਜਿਹੜੀ ਸ਼ੁਰੂ ਹੋਈ ਹੈ ਨਾ ਜੀ ਸੋ ਮੈਂ ਟਾਮੀਆਂ ਤਾਂ ਕਰਦਾ ਰਿਹਾ ਪਰ ਜਿਹੜਾ ਲਗਾਤਾਰ ਸਿਲਸਿਲਾ ਜਿਹੜਾ ਉਹ ਅੰਗਰੇਜ਼ ਤੋਂ ਫਿਰ ਜਿਹੜਾ ਸ਼ੁਰੂ ਹੋਇਆ ਕਿਉਂਕਿ ਮੈਨੂੰ ਕੋਈ ਫਿਲਮਾਂ ਦੇ ਵਿੱਚੋਂ ਬਣਾਉਂਦੇ ਜਿਹੜੇ ਕੋਈ ਬੁਲਾਉਂਦੇ ਸੀ ਜਿਹੜੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ ਤੁਸੀਂ ਆ ਜਾਓ ਜੀ ਗੁਰਮੀਤ ਜੀ ਇੱਕ ਸੀਨ ਹੈ ਜੀ ਜਾਂ ਦੋ ਸੀਨ ਹੈ ਜੀ ਤੁਸੀਂ ਆ ਜਾਓ ਸੋ ਮੈਂ ਨਹੀਂ ਸੀ ਜਾਂਦਾ ਮੈਂ ਕਿਉਂਕਿ ਮੇਰੀ ਸੰਤੁਸ਼ਟੀ ਨਹੀਂ ਸੀ ਉਹਦਾ ਕਾਰਨ ਇਹ ਸੀ ਕਿ ਮੈਂ ਜਿਹੜੀਆਂ ਵੀਡੀਓ ਫਿਲਮਾਂ ਬਣਾਉਂਦਾ ਸੀ ਨਾ ਆਪਣੀਆਂ ਉਹਦੇ 'ਚ ਮੇਰੇ ਮੇਨ ਕਰੈਕਟਰ ਹੁੰਦੇ ਸੀ ਆਪਣੇ ਕਿਉਂਕਿ ਮੈਂ ਆਪ ਲਿਖਦਾ ਸੀ ਅਤੇ ਆਪ ਹੀ ਮੈਂ ਬਣਾਉਂਦਾ ਸੀ ਸੋ ਮੈਨੂੰ ਉਹ ਭਾਵੇਂ ਉਸ ਨੂੰ 20 ਲੋਕ ਦੇਖਦੇ ਹੋਣ ਅਤੇ ਚਾਹੇ 20,000 ਦੇਖਦੇ ਹੋਣ ਤਾਂ ਮੈਨੂੰ ਉਸ ਕਰੈਕਟਰ ਦੇ ਵਿੱਚ ਦੇਖਦੇ ਸੀ ਸੋ ਮੇਰੀ ਆਪਣੀ ਵੀ ਅੰਦਰੋਂ ਨਹੀਂ ਸੀ ਕਿ ਮੈਂ ਯਾਰ ਇੱਕ ਸੀਨ ਕਿਸੇ ਫਿਲਮ ਦੇ ਵਿੱਚ ਕਰਕੇ ਆਵਾਂ ਜਾਂ ਦੋ ਕਰਕੇ ਆਵਾਂ ਸੋ ਮੈਂ ਨਹੀਂ ਸੀ ਜਾਂਦਾ ਮੈਂ ਕਿਹਾ ਅਗਰ ਕੋਈ ਅੱਛਾ ਮਿਲਿਆ ਤਾਂ ਹੀ ਜਾਊਂਗਾ ਨਹੀਂ ਤਾਂ ਨਹੀਂ ਜਾਊਂਗਾ ਸੋ ਉਹ ਥੋੜ੍ਹਾ ਜਿਹਾ ਵਕਫਾ ਇਸ ਕਰਕੇ ਲੰਮਾ ਸੋ ਸਿਮਰਜੀਤ ਭਾਅ ਜੀ ਸਾਡੇ ਆਪਣੇ ਸਾਡੇ ਵੈਸੇ ਵੀ ਉਹ ਕੋਟਕਪੂਰੇ ਦੇ ਹੈ ਜਿਹੜਾ ਉਹਨਾਂ ਦਾ ਪਿਛੋਕੜ ਹੈ ਅਤੇ ਉਹ ਉਦੋਂ ਉੱਥੇ ਬਸ ਜਿਹੜੇ ਆਏ ਅਚਾਨਕ ਆਡੀਸ਼ਨ ਲੈਣ ਵਾਸਤੇ ਅਤੇ ਕਹਿੰਦੇ ਆਪਣੇ ਕੁਛ ਯਾਰ ਆਪਣੇ ਥੀਏਟਰ ਦੇ ਮੁੰਡੇ ਭੇਜ ਅਤੇ ਮੈਂ ਕੁਛ ਥੀਏਟਰ ਦੇ ਮੁੰਡੇ ਕੁੜੀਆਂ ਭੇਜੇ ਨਾਲ ਲੈ ਕੇ ਵੀ ਗਿਆ ਅਤੇ ਚਲੋ ਉਦੋਂ ਜਦੋਂ ਮਿਲਣ ਹੋਇਆ ਅਤੇ ਮੈਂ ਕਿਹਾ ਵੀ ਵਾਹ ਭਾਅ ਜੀ ਕੋਈ ਅੱਛਾ ਕਰੈਕਟਰ ਤੁਹਾਨੂੰ ਲੱਗੇ ਤਾਂ ਫਿਰ ਜ਼ਰੂਰ ਬੁਲਾਇਓ ਹੈ ਨਾ ਤਾਂ ਫਿਰ ਜਿਹੜਾ ਉਹਨਾਂ ਨੇ ਮੈਨੂੰ ਇਸ ਕਰੈਕਟਰ ਵਾਸਤੇ ਬੁਲਾਇਆ ਜਿਹੜਾ ਫੁੱਫੜ ਦੇ ਕਰੈਕਟਰ ਵਾਸਤੇ ਸੋ ਜਦੋਂ ਫਿਲਮ ਅੰਗਰੇਜ਼ ਆਈ
ਤਾਂ ਅੰਗਰੇਜ਼ ਫਿਲਮ ਤਾਂ ਇੱਕ ਐਸੀ ਫਿਲਮ ਹੈ, ਤੁਹਾਨੂੰ ਪਤਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਬਾਲੀਵੁੱਡ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਈ ਹੈ, ਬਿਲਕੁਲ, ਹੈ ਨਾ ਜੀ। ਸੋ ਉਹਦੇ ਨਾਲ ਤਾਂ ਫਿਰ ਚੱਲ ਸੋ ਚੱਲ ਹੋ ਗਿਆ ਜੀ। ਹੁਣ ਤੱਕ ਵੀ ਉਸੇ ਫਿਲਮ ਨੂੰ ਦੇਖ ਕੇ ਪੰਜਾਬੀ ਜਿਹੜਾ ਪੁਰਾਣਾ ਕਲਚਰ ਹੈ ਉਹਨੂੰ ਉਹ ਅੱਜ ਤੱਕ ਦੀਆਂ ਫਿਲਮਾਂ ਵਿੱਚ ਵੀ ਡੋਮੀਨੇਟਡ ਹੋਇਆ ਹੋਇਆ। ਹਾਂ ਬਿਲਕੁਲ, ਸਾਰੀਆਂ ਫਿਲਮਾਂ ਤਕਰੀਬਨ ਉਸੇ ਤਰਜ਼ 'ਤੇ ਬਣਦੀਆਂ ਪਈਆਂ। ਜੀ ਜੀ ਜੀ। ਸਰ ਜਿੱਦਾਂ ਤੁਸੀਂ ਹੁਣੇ ਆਪਣੀ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀ ਲਿਖਣ ਦਾ, ਕਿ ਮੈਂ ਆਪਣੀਆਂ ਫਿਲਮਾਂ ਦੀ ਕਹਾਣੀ ਵੀ ਲਿਖਦਾ, ਸ਼ਾਰਟ ਫਿਲਮਾਂ, ਹਾਂ, ਮੇਰੀ ਜਾਣਕਾਰੀ ਦੇ ਵਿੱਚ ਇੱਕ ਫਿਲਮ ਤੁਹਾਡੀ ਹੋਰ ਵੀ ਹੈ ਜਿਹੜੀ ਤੁਸੀਂ ਅੱਜ ਕੱਲ੍ਹ ਬਣਾ ਰਹੇ ਹੋ, ਕੁੜਮਾਈਆਂ। ਹਾਂ ਜੀ, ਕੁੜਮਾਈਆਂ। ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਦੱਸੋ ਕਿ ਉਹ ਤੁਸੀਂ ਨਿਰਦੇਸ਼ਿਤ ਕੀਤੀ ਹੈ ਜਾਂ ਪ੍ਰੋਡਿਊਸਰ ਵੀ ਹੋ, ਤਾਂ ਹੋਰ ਤੁਹਾਡਾ ਉਹਦੇ ਵਿੱਚ ਕੀ ਕਿਰਦਾਰ ਹੈ? ਅਸਲ ਵਿੱਚ ਮੈਂ ਤੁਹਾਨੂੰ ਪਹਿਲਾਂ ਲਿਖਣ ਦਾ ਸਿਲਸਿਲਾ ਦੱਸਦਿਆਂ ਜੀ, ਕਿ ਇਹ ਕਹਿੰਦੇ ਆ ਲੋੜ ਕਾਢ ਦੀ ਮਾਂ, ਜਾਂ ਜਦੋਂ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਉਦੋਂ ਹੀ ਤੁਸੀਂ ਕੋਈ ਹੱਥ ਪੈਰ ਮਾਰਦੇ ਹੋ। ਜਦੋਂ ਅਸੀਂ ਨਾਟਕ ਕਰਦੇ ਸੀ ਨਾ ਗੌਰਮੈਂਟ ਦੇ ਵਿਸ਼ਿਆਂ ਦੇ, ਤਾਂ ਉਦੋਂ ਸਾਨੂੰ ਗੌਰਮੈਂਟ ਕੋਈ ਵਿਸ਼ਾ ਦਿੰਦੀ ਸੀ ਹਰ ਮਹੀਨੇ ਨਵੇਂ ਤੋਂ ਨਵਾਂ, ਕਿ ਹੁਣ ਇਸ ਵਿਸ਼ੇ 'ਤੇ, ਹੁਣ ਇਸ ਵਿਸ਼ੇ 'ਤੇ, ਹੁਣ ਇਸ 'ਤੇ। ਮੈਂ ਕਿਤੇ ਉਹਦੇ ਮਗਰ, ਕਿਤੇ ਮੈਂ ਤੁਹਾਡੇ ਵਰਗੇ ਆ ਲਿਖ ਕੇ ਦਿਓ ਜੀ ਇੱਕ ਇਸ ਵਿਸ਼ੇ 'ਤੇ, ਹੁਣ ਕਿਹੜਾ ਦੇਵੇ ਲਿਖ ਕੇ। ਮੈਂ ਬੜਾ, ਮੈਂ ਕਿਹਾ ਯਾਰ ਇਹ ਤੋਂ ਪੰਗਾ ਹੀ ਲੈ ਲਿਆ। ਅਤੇ ਫਿਰ ਕੀ ਸੀ, ਮੁੱਕਦੀ ਗੱਲ ਇਹ ਆ ਕਿ ਫਿਰ ਮੈਂ ਕਲਮ ਆਪ ਚੱਕੀ। ਸੋ ਮੈਂ ਜੋ ਟੁੱਟਿਆ ਫੁੱਟਿਆ ਲਿਖਿਆ, ਜੋ ਮੈਂ ਜਿਵੇਂ ਵੀ ਮੈਥੋਂ ਲਿਖੀਆਂ ਗਈਆਂ ਗੱਲਾਂ ਬਾਤਾਂ, ਤਾਂ ਮੈਂ ਉਹ ਲਿਖੀਆਂ, ਉੱਥੋਂ ਮੇਰਾ ਲਿਖਣ ਦਾ ਸਿਲਸਿਲਾ ਸ਼ੁਰੂ ਹੋਇਆ। ਉਹ ਕੁਛ ਲਿਖਣ ਦਾ ਸਿਲਸਿਲਾ ਐਸਾ ਸ਼ੁਰੂ ਹੋਇਆ, ਅਤੇ ਕਿਉਂਕਿ ਲੇਖਣੀ ਦੇ ਨਾਲ, ਗੀਤਾਂ ਦੇ ਨਾਲ ਜਿਹੜਾ ਇਹ ਸਾਡਾ ਸਿਲਸਿਲਾ ਵੈਸੇ ਵੀ ਜਿਹੜਾ ਚੱਲਦਾ ਰਹਿੰਦਾ ਸੀ, ਸੋ ਉਦੋਂ ਸਾਡਾ ਉਹ ਮੇਰਾ ਲਿਖਣ ਦਾ ਜਿਹੜਾ ਸਿਲਸਿਲਾ ਉੱਥੋਂ ਮੇਰਾ ਸ਼ੁਰੂ ਹੋਇਆ। ਤਾਂ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਉਹ ਕਾਲਾ ਮਾਲਾ ਜਿਹੜੀ ਮੈਂ ਵੰਨ ਬਣਾਈ ਸੀ ਉਹ ਲਿਖੀ, ਫਿਰ ਤੜਾਕੀ ਵਾਲਾ ਬਾਬਾ ਲਿਖੀ। ਉਸ ਨੂੰ ਲਿਖਦਿਆਂ 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 ਮੈਨੂੰ ਸਾਰਾ ਉਹ ਤਰੀਕਾ ਅਤੇ ਸਲੀਕਾ ਆ ਗਿਆ ਕਿ ਇਸ ਤਰ੍ਹਾਂ ਇਹਦਾ ਮੈਂ ਆਇਆਂ 'ਚ ਨਹੀਂ ਮੈਂ ਗਿਣਦਾ, ਮੈਂ ਤਾਂ ਹਜੇ ਸਮਝਦਾ ਵੀ ਕੁਛ ਨਹੀਂ, ਹਜੇ ਤਾਂ ਬਹੁਤ ਕੁਛ ਅੱਗੇ ਸਿੱਖਣ ਵਾਸਤੇ ਪਿਆ ਇਹਦੇ ਗੱਲ ਵਿੱਚ। ਸੋ ਉਹ ਮੈਂ ਸਾਰੀਆਂ ਜਿੰਨੀਆਂ ਵੀ ਫਿਲਮਾਂ ਬਣਾਈਆਂ ਤਾਂ ਮੈਂ ਆਪ ਹੀ ਲਿਖੀਆਂ, ਆਪ ਹੀ ਡਾਇਰੈਕਟ ਕੀਤੀਆਂ। ਸੋ ਉਦੋਂ ਡਾਇਰੈਕਟ ਕਰਕੇ, ਡਾਇਰੈਕਟ ਕਰਨ ਤੋਂ ਬਾਅਦ ਜਦੋਂ ਉਹਨੂੰ ਸਕਰੀਨ 'ਤੇ ਦੇਖਣਾ ਤਾਂ ਫਿਰ ਪਤਾ ਲੱਗਦਾ ਸੀ ਨਹੀਂ ਯਾਰ ਆਹ ਇੱਥੇ ਗੜਬੜ ਆ ਯਾਰ, ਇਹ ਆਏ ਨਹੀਂ, ਇਹ ਆਏ ਹੁੰਦਾ। ਸੋ ਕੁਛ ਜਿਹੜੇ ਸਾਡੇ ਟੈਕਨੀਕਲ ਜਿਹੜਾ ਕੈਮਰਾਮੈਨ ਹੁੰਦਾ ਉਹ ਤੁਹਾਡੇ ਨਾਲ ਜ਼ਿਆਦਾ, ਮਤਲਬ ਜਿਹੜਾ ਟੈਕਨੀਕਲ ਸੋਲਿਡ ਹੁੰਦਾ ਬੰਦਾ, ਸੋ ਉਹਦੇ ਕੋਲੋਂ ਵੀ ਤੁਸੀਂ ਬਹੁਤ ਕੁਛ ਸਿੱਖਦੇ ਹੋ, ਬਿਲਕੁਲ, ਹੈ ਨਾ, ਕਿ ਇਹ ਕਿਵੇਂ ਕੀ ਹੁੰਦਾ। ਸੋ ਸਿੱਖਦਿਆਂ 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 ਤਾਂ ਉਹ ਫਿਰ ਇੱਥੋਂ ਤੱਕ ਆ ਗਿਆ ਕਿ ਆਹ ਕੁਛ ਵੱਡੀਆਂ ਫਿਲਮਾਂ ਜਦੋਂ ਕੀਤੀਆਂ ਉਹਨਾਂ ਨੂੰ ਵੀ ਜਿਹੜਾ ਵਾਚ ਕੀਤਾ, ਉੱਥੋਂ ਗੱਲਾਂ ਬਹੁਤ ਕੈਚ ਕੀਤੀਆਂ। ਕੁਛ ਕੈਮਰਾਮੈਨ ਆ ਜਿਹੜੇ ਉਹਨਾਂ ਤੋਂ ਵੀ ਪੁੱਛਿਆ ਕਿ ਆਹ ਭਾਜੀ ਕਿਵੇਂ ਹੁੰਦਾ, ਆਹ ਕੀ ਹੈ, ਡਾਇਰੈਕਟਰ ਉਹਨਾਂ ਨੂੰ ਦੇਖਣਾ ਕਿ ਆਹ ਕਿਵੇਂ ਕੀ ਕਰ ਰਹੇ ਆ ਕੀ। ਸੋ ਉਹ ਵੀ ਗੱਲ ਸਮਝ ਆਈ, ਠੀਕ ਹੈ ਜੀ। ਤਾਂ ਹੁਣ ਜਿਹੜਾ ਕੁੜਮਾਈਆਂ ਫਿਲਮ ਦੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ, ਤਾਂ ਕੁੜਮਾਈਆਂ ਫਿਲਮ ਜਿਹੜੀ ਹੈ ਉਹ ਅਸੀਂ ਜਿਹੜੀ ਪ੍ਰੋਡਿਊਸ ਵੀ ਕੀਤੀ ਹੈ, ਡਾਇਰੈਕਟ ਵੀ ਮੈਂ ਕੀਤੀ ਹੈ, ਅਤੇ ਉਹਦੇ ਡਾਇਲੋਗਸ ਵੀ ਲਿਖੇ ਨੇ, ਔਰ ਉਹਦੇ ਵਿੱਚ ਅਸੀਂ ਚਾਰ ਪਾਰਟਨਰ ਹੈ। ਸੋ ਨਾਲ ਸਾਡੇ ਜਿਹੜਾ ਗੁਰਮੇਲ ਬਰਾੜ ਜੀ ਨੇ ਮੇਨ ਜਿਹੜੇ ਸਾਡੇ ਪ੍ਰੋਡਿਊਸਰ ਨੇ, ਹਾਂਜੀ, ਅਤੇ ਦੂਸਰੇ ਮੇਰੇ ਸਿਰਨਾਮੀਏ ਗੁਰਮੀਤ ਫੋਟੋਜੈਨਿਕ ਹੈ, ਔਰ ਮਨਜੀਤ ਸਟੋਨੀ ਹੈ, ਹਾਂਜੀ, ਅਤੇ ਇੱਕ ਮੈਂ ਹਾਂ ਜੀ। ਸੋ ਮੈਂ ਅਤੇ ਮਨਜੀਤ ਟੋਨੀ ਨੇ ਜਿਹੜਾ ਉਹ ਡਾਇਰੈਕਟ ਵੀ ਕੀਤੀ, ਅਤੇ ਮਨਜੀਤ ਟੋਨੀ ਦੀ ਜਿਹੜੀ ਕਹਾਣੀ ਹੈ ਅਤੇ ਉਹਦੇ ਡਾਇਲੋਗ ਸਾਰੇ ਮੈਂ ਲਿਖੇ ਹੈ। ਅਤੇ ਇਸੇ ਤਰ੍ਹਾਂ ਜਿਹੜਾ ਆਪਣਾ ਗੁਰਮੇਲ ਬਰਾੜ ਜੀ ਹੈ ਉਹ ਤਾਂ ਸਾਡੇ, ਚਲੋ ਪ੍ਰੋਡਿਊਸਰ ਨੇ, ਵੈਸੇ ਉਹ ਗਾਇਕ ਬਹੁਤ ਅੱਛੇ ਹੈ, ਹਾਂ, ਉਹਨਾਂ ਨੇ ਨਾਲ ਨਾਲ ਜਿਹੜਾ ਸਿੰਗਿੰਗ ਦਾ ਵੀ ਵਿੱਚ ਹਿੱਸਾ ਪਾਇਆ ਹੋਇਆ ਫਿਲਮ ਦੇ। ਸੋ ਕੁੜਮਾਈਆਂ ਫਿਲਮ ਹੈ ਜਿਹੜੀ ਬਹੁਤ ਅੱਛੀ ਫਿਲਮ ਬਣੀ ਹੈ, ਔਰ ਕੁੜਮਾਈਆਂ ਫਿਲਮ ਦੇ ਵਿੱਚ ਨੀਤਾ ਦੇਵਗਨ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਜਪਜੀ ਖੈਰਾ, ਔਰ ਇਹਦਾ ਹੀਰੋ ਜਿਹੜੇ ਬਹੁਤ ਹੀ ਜਿਹੜਾ ਪਿਆਰਾ ਗਾਇਕ ਅਤੇ ਬਹੁਤ ਹੀ ਪਿਆਰਾ ਜਿਹਾ ਮੁੰਡਾ ਹਰਜੀਤ ਹਰਮਨ, ਹਾਂਜੀ, ਮਿੱਤਰਾਂ ਦਾ ਨਾਂ ਚੱਲਦਾ। ਸੋ ਵਾਕਈ ਉਹ ਮੁੰਡੇ ਦਾ ਨਾਂ ਚੱਲਦਾ ਅਤੇ ਬਹੁਤ ਹੀ ਵਧੀਆ ਉਹਨੇ ਕੰਮ ਕੀਤਾ, ਬਹੁਤ ਵਧੀਆ ਸਾਡਾ ਸਾਥ ਦਿੱਤਾ ਉਹਨੇ, ਮਤਲਬ ਆਪਣੇ ਪ੍ਰੋਗਰਾਮਾਂ ਦਾ ਵੀ ਨੁਕਸਾਨ ਕਰਕੇ ਉਹਨੇ ਸਾਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ, ਹਾਂਜੀ, ਬਿਲਕੁਲ, ਉਹਨੇ ਬਹੁਤ ਵਧੀਆ ਜਿਹੜਾ ਸਾਡਾ ਜਿਹੜਾ ਉਹਨੇ ਸਾਥ ਦਿੱਤਾ। ਸੋ ਇਹ ਫਿਲਮ ਮੈਂ ਕੁੜਮਾਈਆਂ, ਔਰ ਬਸ ਇਹਦਾ ਸਾਰਾ ਕੰਮ ਜਿਹੜਾ ਡਬਿੰਗ ਤੱਕ ਕੰਪਲੀਟ ਹੋ ਚੁੱਕਿਆ, ਟ੍ਰੇਲਰ ਵੀ ਇਹਦਾ ਰੈਡੀ ਹੋ ਚੁੱਕਿਆ, ਔਰ ਇਹਨੂੰ ਜੁਲਾਈ ਜਿਹੜਾ 2018 ਇਹਨੂੰ ਜੁਲਾਈ ਦੇ ਵਿੱਚ ਜਿਹੜਾ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ। ਸੋ ਉਹ ਡੇਟ ਅਸੀਂ ਫਾਈਨਲ ਜਿਹੜੀ ਹੈ ਕਰਨੀ, ਅਨਾਊਂਸ ਕਰਨੀ ਹੈ ਉਹ ਡੇਟ ਜਲਦੀ। ਚਲੋ, ਸਾਡੇ ਵੱਲੋਂ ਸਰ ਬਹੁਤ ਸ਼ੁਭਕਾਮਨਾਵਾਂ। ਥੈਂਕ ਯੂ, ਧੰਨਵਾਦ ਤੁਹਾਡਾ ਬਹੁਤ ਬਹੁਤ।
ਅੱਛਾ ਸਰ, ਇੱਕ ਚੀਜ਼ ਹੋਰ ਦੱਸੋ, ਜਿੱਦਾਂ ਤੁਹਾਨੂੰ ਪਰਿਵਾਰ ਜਿਹੜਾ ਆ ਉਹ ਅਦਾਕਾਰੀ ਦੇ ਲਈ ਸਪੋਰਟ ਕਰਦਾ ਆ? ਦੇਖੋ ਜੀ, ਪਰਿਵਾਰ ਦਾ ਇਹ ਸੀ ਕਿ ਮੇਰੇ ਫਾਦਰ ਸਾਹਿਬ ਇਹ ਚਾਹੁੰਦੇ ਸੀ ਕਿ ਤੂੰ ਫਿਲਮਾਂ 'ਚ ਐਕਟਿੰਗ ਵਾਲੇ ਪਾਸੇ ਰਹਿਣ ਦੇ, ਤੂੰ ਗਾ। ਉਹਨਾਂ ਨੂੰ ਮੇਰਾ ਗਾਉਣਾ ਚੰਗਾ ਲੱਗਦਾ ਸੀ ਕਿਉਂਕਿ ਉਹਨਾਂ ਨੂੰ ਗਾਇਕੀ ਆਪ ਨੂੰ ਖੁਦ ਨੂੰ ਪਸੰਦ ਸੀ। ਸੋ ਮੈਂ ਐਕਟਿੰਗ ਵਾਲੇ ਪਾਸੇ ਜ਼ਿਆਦਾ ਹੋ ਗਿਆ। ਸੋ ਚਲੋ, ਉਹ ਵੀ ਉਹਨਾਂ ਨੇ ਜਦੋਂ ਮੇਰੇ ਸੀਰੀਅਲ ਵਗੈਰਾ ਚੱਲਦੇ ਸੀਗੇ ਤਾਂ ਉਹ ਫਿਰ ਚਲੋ ਉਹਨਾਂ ਨੂੰ ਚੰਗਾ ਵੀ ਲੱਗਦਾ ਸੀ, ਪਰ ਉਹਨਾਂ ਨੂੰ ਮੇਰੀ ਗਾਇਕੀ ਜ਼ਿਆਦਾ ਪਸੰਦ ਸੀ। ਦੂਜੀ ਗੱਲ ਹੈ ਜੀ, ਜਦੋਂ ਉਹਨਾਂ ਨੇ ਦੇਖਿਆ ਵੀ ਕੁਛ ਨਾ ਤਾਂ ਇਹਦੀਆਂ ਇਹ ਫਿਲਮ ਜੀ ਲਾਈਨ ਦੇ ਵਿੱਚੋਂ ਨਾ ਤਾਂ ਇਹਦੀਆਂ ਕੋਠੀਆਂ ਬਣ ਰਹੀਆਂ, ਨਾ ਇਹਦੀਆਂ ਕਾਰਾਂ ਬਣ ਰਹੀਆਂ, ਨਾ ਇਹ ਕਿਸੇ ਸਿਰੇ ਲੱਗ ਰਿਹਾ, ਕਿਤੇ ਵਿਹਲੇ ਜੇ ਬਹਿ ਕੇ ਕਿਤੇ ਕੰਮ ਜਿਹਾ ਕਰ ਰਿਹਾ। ਸੋ ਇਸ ਤਰ੍ਹਾਂ ਜੇ ਟੁੱਟ ਮਾਜਾ ਚੱਲਦਾ ਸੀ ਕਿ ਉਹਨਾਂ ਦੇ ਤੂੰ ਦੁਕਾਨ 'ਤੇ ਬਹਿ ਜਾ, ਤੂੰ ਰਹਿਣ ਦੇ ਛੱਡ ਕਲਾ, ਸਭ ਕਰਦੇ ਵੀ। ਸੋ ਮੈਂ ਸਮਝਦਾ ਵੀ ਜਿਹੜਾ ਕਲਾਕਾਰ ਆ ਜੀ, ਦੇਖੋ ਪੰਜਾਬੀ ਜਿਹਨੂੰ ਮੈਂ ਦੱਸਾਂ ਵੀ ਘਰੋਂ ਤਾਂ ਉਹਦੇ ਜੁੱਤੀਆਂ ਹੀ ਪੈਂਦੀਆਂ ਹੁੰਦੀਆਂ, ਠੀਕ ਹੈ ਜੀ। ਸੋ ਜਦੋਂ ਉਹ ਕੁਛ ਬਣ ਜਾਂਦਾ ਤਾਂ ਫਿਰ ਜ਼ਰੂਰ ਜਿਹੜੇ ਰਿਸ਼ਤੇਦਾਰ ਵੀ ਕਹਿੰਦੇ ਹਾਂ ਉਹ ਤਾਂ ਮੇਰਾ ਜੀਜਾ ਜੀ ਹੈ, ਹਾਂ ਗੁਰਮੀਤ ਸਾਜਨ ਤਾਂ ਮੇਰੇ ਜੀਜਾ ਹੀ ਲੱਗਦੇ ਆ। ਅੱਛਾ ਫਿਰ ਹੁਣ ਜੀ ਉਹ ਤਾਂ ਮੇਰਾ ਚਾਚਾ ਜੀ ਹੈ, ਲੈ ਕੋਈ ਮੈਂ ਤੈਨੂੰ ਮਿਲਾ ਲਿਆਊਂਗਾ ਜਦੋਂ ਕਹੇਗਾ, ਕੋਈ ਗੱਲ ਹੀ ਨਹੀਂ। ਸੋ ਉਹ ਜਦੋਂ ਮਤਲਬ ਰੁਤਬਾ ਆਉਂਦਾ ਤਾਂ ਉਦੋਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਹੁੰਦੀਆਂ। ਸੋ ਜਿਹੜੇ ਮੇਰੀ ਫੈਮਿਲੀ ਵੱਲੋਂ ਤਾਂ ਮੈਂ ਇਹ ਕਹਿ ਸਕਦਾ ਕਿ ਮੇਰੇ ਭਰਾਵਾਂ ਨੇ ਮੈਨੂੰ ਬਹੁਤ ਜ਼ਿਆਦਾ ਟਾਈਮ ਦਿੱਤਾ ਇਸ ਪਾਸੇ ਕਿ ਤੂੰ ਕੋਈ ਨਹੀਂ ਕੰਮ ਕਰ, ਅਗਰ ਤੂੰ ਮੈਂ ਇੱਥੋਂ ਤੱਕ ਜਿਹੜਾ ਪਹੁੰਚਿਆ ਤਾਂ ਉਹ ਜਿਹੜਾ ਭਰਾਵਾਂ ਦੇ ਸਹਿਯੋਗ ਨਾਲ ਪਹੁੰਚਿਆ। ਔਰ ਜਿੱਥੋਂ ਤੱਕ ਮੇਰੀ ਕਨਪੱਟੀ ਦੀ ਗੱਲ ਹੈ, ਮੇਰੀ ਮਿਸਿਜ ਦੀ ਗੱਲ ਕਰਦਾ, ਸੋ ਉਹਦੇ ਇਸਦਾ ਗੱਲ ਹੈ ਤਾਂ ਉਹ ਤਾਂ ਵਿਚਾਰੀ ਨਹੀਂ, ਉਹਨੇ ਤਾਂ ਕੁਛ ਨਹੀਂ, ਉਹਨੂੰ ਅੱਛਾ ਲੱਗਦਾ। ਔਰ ਹੁਣ ਤਾਂ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਜਿਸ ਰੁਤਬੇ 'ਤੇ ਹੁਣ ਵਾਹਿਗੁਰੂ ਨੇ ਪਹੁੰਚਾਇਆ। ਸੋ ਉਹਨਾਂ ਨੂੰ ਹੋਰ ਤਾਂ ਬਹੁਤ ਹੀ ਅੱਛਾ ਲੱਗਦਾ, ਪਰਮਾਤਮਾ ਤੁਹਾਨੂੰ ਹੋਰ ਵੀ ਬੁਲੰਦੀਆਂ ਬਖਸ਼ੇ ਸਰ। ਜਿੱਦਾਂ ਜਿੱਦਾਂ ਤੁਹਾਡੇ ਬੱਚੇ ਨੇ ਉਹ ਵੀ ਤੁਹਾਨੂੰ ਇਸ ਕੰਮ 'ਚ ਸਪੋਰਟ ਕਰਦੇ ਨੇ, ਅਤੇ ਉਹਨਾਂ ਦਾ ਕੀ ਸ਼ੌਂਕ ਹੈ, ਉਹ ਵੀ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ? ਹਾਏ, ਸ਼ੌਂਕ ਕਿਹਾ ਤਾਂ ਕੀ ਕਿਹਾ ਜੀ ਤੁਸੀਂ, ਉਹ ਤਾਂ ਰੱਸੇ ਚੜਾਉਂਦੇ ਨੇ ਕਿ ਅਸੀਂ ਇੱਧਰ ਹੀ ਜਾਣਾ, ਡੈਡੀ ਤੁਹਾਡੇ ਨਾਲ ਹੀ ਜਾਣਾ ਅਸੀਂ ਤਾਂ ਫਿਲਮਾਂ 'ਚ। ਪਰ ਮੈਂ ਕਹਿੰਦਾ ਬੇਟੇ ਤੁਸੀਂ ਅਜੇ ਪੜ੍ਹੋ ਅੱਛੀ, ਤੁਸੀਂ ਜਿਹੜਾ ਅੱਛੇ ਪੜ੍ਹ ਕੇ ਅੱਛੇ ਕੁਛ ਬਣੋ। ਸੋ ਫਿਲਮ ਦੇ ਵਿੱਚ ਤਾਂ ਤੁਸੀਂ ਜਿਹੜਾ ਕੰਮ ਬੇਟੇ ਜਦੋਂ ਵੀ ਮਰਜ਼ੀ ਕਰ ਲਿਓ, ਠੀਕ ਹੈ। ਸੋ ਮੈਂ ਤਾਂ ਤੁਹਾਡੇ ਨਾਲ ਹੈ ਅਤੇ ਮੈਂ ਤੁਹਾਨੂੰ ਕੰਮ ਵੀ ਕਰਵਾ ਦੂੰ, ਪਰ ਪਹਿਲਾਂ ਪੜ੍ਹ ਲਓ, ਕਿਉਂਕਿ ਅਗਰ ਉਹ ਇਸ ਲਾਈਨ ਦੇ ਵਿੱਚ ਆ ਜਾਂਦੇ ਹੈ ਤਾਂ ਦੁਨੀਆਂ ਦੇ ਆਮ ਕਹਿੰਦੇ ਆ ਸੱਤ ਰੰਗ ਹੁੰਦੇ ਆ, ਮੈਂ ਕਹਿੰਦਾ ਵੀ ਸੱਤਾਂ ਰੰਗਾਂ ਨੂੰ ਮਿਲਾ ਕੇ ਜਿਹੜਾ ਅੱਠਵਾਂ ਰੰਗ ਬਣਦਾ ਉਹ ਸਾਡਾ ਫਿਲਮ ਲਾਈਨ ਦਾ ਰੰਗ ਹੈ। ਸੋ ਇਹਦੇ ਵਿੱਚੋਂ ਜਿਹੜਾ ਫਿਰ ਉਹ ਜਿਹੜਾ ਬੰਦਾ ਆ ਜਾਂਦਾ ਨਾ ਤਾਂ ਉਹ ਫਿਰ ਉਹ ਦੂਸਰੇ ਪਾਸੇ ਜਿਹੜੇ ਉਹਦੇ ਧਿਆਨ ਹੈ ਉਹ ਹਟ ਜਾਂਦੇ ਆ, ਉਹ ਓਨਾ ਜ਼ਿਆਦਾ ਨਹੀਂ ਫਿਰ। ਹੁਣ ਜਿਵੇਂ ਬੱਚੇ ਪੜ੍ਹਾਈ 'ਚ ਇੰਟੈਲੀਜੈਂਟ ਹੈ ਇੰਨੇ ਜ਼ਿਆਦਾ, ਮੁੜ ਕੇ ਉਹਨਾਂ ਦਾ ਧਿਆਨ ਵੱਟ ਜਾਣਾ, ਉਹ ਆਹ ਚੀਜ਼ ਜ਼ਿਆਦਾ ਅਟਰੈਕਟ ਕਰਦੀ ਹੈ, ਹੈ ਨਾ। ਤਾਂ ਇਸ ਕਰਕੇ ਫਿਰ ਥੋੜ੍ਹੀ ਜਿਹੀ ਮੈਂ ਚਾਹੁੰਦਾ ਕਿ ਨਹੀਂ ਬੇਟੇ ਹਜੇ ਤੁਸੀਂ ਨਹੀਂ, ਹਜੇ ਤੁਸੀਂ ਪੜ੍ਹੋ, ਫਿਰ ਉਸ ਤੋਂ ਬਾਅਦ ਤੁਹਾਡਾ ਦੇਖਾਂ। ਕਾਫੀ ਜੀ ਉਹ ਚਾਹੁੰਦੇ ਆ ਕਿ ਅਸੀਂ ਇਸ ਪਾਸੇ, ਉਹਨੂੰ ਜਦੋਂ ਮੈਨੂੰ ਦੇਖਦੇ ਆ ਸਕਰੀਨ 'ਤੇ ਜਾਂ ਲੋਕਾਂ ਦਾ ਮੈਨੂੰ ਮਿਲਣਾ, ਹੈ ਨਾ, ਤਾਂ ਬਸ ਉਹ ਸਭ ਕੁਛ ਉਹਨਾਂ ਨੂੰ ਜਿਹੜਾ ਉਹ ਚੰਗਾ ਲੱਗਦਾ ਵੀ ਅਸੀਂ ਵੀ ਐਂ ਹੋਈਏ। ਤਾਂ ਮੈਂ ਕਿਹਾ ਬੇਟਾ ਤੁਸੀਂ ਪਹਿਲਾਂ ਹਜੇ ਪੜ੍ਹੋ, ਪੜ੍ਹਾਈ ਤੋਂ ਬਾਅਦ ਜਦੋਂ ਕੁਛ ਬਣ ਗਏ ਕਿਤੇ ਲਾਇਆ ਤਾਂ ਫਿਰ ਤੁਹਾਡਾ ਦੇਖਾਂਗੇ, ਪਹਿਲਾਂ ਆਪਣਾ ਫਿਊਚਰ ਸਵਾਰੋ। ਇਹ ਅਸੀਂ ਮਹਿਸੂਸ ਕੀਤਾ। ਕਈ ਜਿਹੜੇ ਬੰਦੇ, ਬਹੁਤ ਸਾਰੇ ਬੰਦੇ ਆ ਜਿਹੜੇ ਗੌਰਮੈਂਟ ਸਰਵਿਸ 'ਤੇ ਲੱਗੇ ਹੋਏ ਆ ਅਤੇ ਨਾਲ ਨਾਲ ਇਹ ਕੰਮ ਵੀ ਕਰਦੇ ਸੀ, ਚਲੋ ਮਤਲਬ ਵੈਲ ਸੈਟਲਡ ਆਪਾਂ ਇਹ ਕਹਿ ਸਕਦੇ ਹਾਂ, ਉਹ ਠੀਕ ਹੈ, ਪਹਿਲਾਂ ਉਹ ਜ਼ਰੂਰੀ ਹੈ। ਸੋ ਕਲਾਕਾਰੀ ਦੇ ਵਿੱਚ ਤਾਂ ਇਹ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਜੂਆ ਹੈ, ਹੈ ਨਾ। ਤੁਸੀਂ ਹਾਰ ਵੀ ਸਕਦੇ ਹੋ, ਜਿੱਤ ਵੀ ਸਕਦੇ ਹੋ, ਹੈ ਨਾ। ਸੋ ਇਹ ਇਹ ਇੱਕ ਚੀਜ਼ ਇਸ ਤਰ੍ਹਾਂ ਦੀ ਹੋਈ। ਕਲਾਕਾਰੀ ਦੇ ਵਿੱਚ ਕਈ ਬੰਦੇ ਉੱਥੋਂ ਤੱਕ ਜਾਂਦੇ 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 ਖਤਮ ਹੋ ਜਾਂਦੇ ਆ, ਨਹੀਂ ਗੱਲ ਬਣਦੀ ਉਹਨਾਂ ਦੀ, ਕਈਆਂ ਦੀ ਬਣ ਵੀ ਜਾਂਦੀ ਹੈ, ਕਿਸੇ ਦੀ ਪਹਿਲਾਂ ਬਣਦੀ ਹੈ, ਕਿਸੇ ਦੀ ਬਾਅਦ 'ਚ ਬਣਦੀ। ਸਰ, ਸਾਡੇ ਫਿਲਮ ਵਾਰਤਾ ਦੇਖ ਰਹੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੋ? ਬਸ ਖਾਸ ਸੁਨੇਹਾ ਇਹੀ ਹੈ ਜੀ ਕਿ ਤੁਹਾਡੀ ਮਿਹਰਬਾਨੀ ਸਦਕਾ ਅਸੀਂ ਹੈ, ਔਰ ਤੁਹਾਡੀ ਮਿਹਰਬਾਨੀ ਸਦਕਾ ਸਾਡੀ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਹੈ। ਸੋ ਵੱਧ ਤੋਂ ਵੱਧ ਜਿਹੜਾ ਪੰਜਾਬੀ ਫਿਲਮਾਂ ਨੂੰ ਤਰਜੀਹ ਦਿਓ, ਪੰਜਾਬੀ ਫਿਲਮਾਂ ਹੀ ਦੇਖੋ, ਚਾਹੇ ਉਹ ਫਿਲਮ ਉਹ ਜ਼ਰੂਰੀ ਨਹੀਂ ਕਿ ਇਹ ਫਿਲਮ ਕਿਸੇ ਵੱਡੇ ਸਟਾਰ ਦੀ ਹੈ ਆਪਾਂ ਤਾਂ ਹੀ ਦੇਖਣੀ ਹੈ, ਨਹੀਂ। ਕੋਈ ਵੀ ਫਿਲਮ ਜਿਹੜਾ ਕੋਈ ਭਾਵੇਂ ਉਹ ਨਵੇਂ ਕਲਾਕਾਰਾਂ ਨੂੰ ਲੈ ਕੇ ਬਣਾਉਂਦਾ, ਪਰ ਉਹ ਗੱਲ ਜਿਹੜੇ ਹੈ ਉਹ ਤੁਸੀਂ ਉਹ ਫਿਲਮ ਨੂੰ ਜ਼ਰੂਰ ਦੇਖਣ ਜਾਓ, ਕਿਉਂਕਿ ਛੋਟੀ ਫਿਲਮ ਵੀ ਜਿਹੜੀ ਬਣਦੀ ਹੈ ਨਵੇਂ ਕਲਾਕਾਰਾਂ ਨੂੰ ਲੈ ਕੇ ਵੀ ਬਿਲਕੁਲ, ਜਿਹੜੇ ਫਿਲਮ ਬਣਾਉਂਦੇ ਆ
ਤਾਂ ਉਹਦੇ ਵਿੱਚ ਵੀ ਤੁਹਾਨੂੰ ਕੋਈ ਬਹੁਤ ਵਧੀਆ ਸਬਜੈਕਟ ਕੋਈ ਵਿਸ਼ਾ ਦੇਖਣ ਨੂੰ ਮਿਲੇਗਾ। ਸੋ ਪੰਜਾਬੀ ਫਿਲਮ ਇੰਡਸਟਰੀ ਦੇ ਨਾਲ ਜੁੜੋ, ਵੱਧ ਤੋਂ ਵੱਧ ਪੰਜਾਬੀ ਫਿਲਮਾਂ ਵੱਧ ਤੋਂ ਵੱਧ ਦੇਖੋ, ਆਪਣੇ ਪਰਿਵਾਰ ਨਾਲ ਦੇਖੋ, ਕਿਉਂਕਿ ਹੁਣ ਹਰ ਹਫ਼ਤੇ ਜਿਹੜੀਆਂ ਆਪਣੀਆਂ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ। ਸੋ ਮੈਂ ਚਾਹੁੰਦਾ ਕਿ ਦਰਸ਼ਕ ਹੈ ਜਿਹੜੇ ਉਹ ਵੱਧ ਤੋਂ ਵੱਧ ਇਹਦੇ ਨਾਲ ਜੁੜਨ, ਪੰਜਾਬੀ ਸਿਨੇਮੇ ਦੇ ਨਾਲ, ਪੰਜਾਬੀ ਫਿਲਮਾਂ ਦੇ ਨਾਲ, ਅਤੇ ਬਸ ਤਾਂ ਕਿ ਜਿਹੜੀ ਸਾਡੀਆਂ ਪੰਜਾਬੀ ਫਿਲਮਾਂ, ਬੋਲੀਵੁੱਡ, ਸਾਡਾ ਪੰਜਾਬੀ ਸਿਨੇਮਾ ਜਿਹੜਾ ਉਹ ਜ਼ਿੰਦਾਬਾਦ ਰਹੇ। ਸੋ ਬਸ ਇਹੀ ਕਹਿਣਾ ਚਾਹਾਂਗਾ। ਸ਼ੁਕਰੀਆ ਸਰ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਹ ਸਨ ਗੁਰਮੀਤ ਸਾਜਨ ਜੀ ਸਾਡੇ ਨਾਲ, ਚਰਿੱਤਰ ਅਦਾਕਾਰ ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ, ਉਹਨਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਔਰ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਕੀਮਤੀ ਪਲ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ, ਉਹਨਾਂ ਦੀ ਫਿਲਮੀ ਜ਼ਿੰਦਗੀ ਬਾਰੇ, ਨਿੱਜੀ ਜ਼ਿੰਦਗੀ ਬਾਰੇ ਅਤੇ ਹੋਰ ਫਿਲਮੀ ਤਜ਼ਰਬਿਆਂ ਦੇ ਬਾਰੇ। ਅਗਲੀਆਂ ਹੋਰ ਮੁਲਾਕਾਤਾਂ ਮਾਣਨ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਤੁਸੀਂ ਦੇਖ ਰਹੇ ਸੀ ਮੇਰੇ ਨਾਲ ਫਿਲਮ ਵਾਰਤਾ। We'll be right back.